ਇਸ ਰਚਨਾ ਦੇ ਸਾਰੇ ਪਾਤਰ ਮਨੋਕਲਪਿਤ ਹਨ। ਇਹਨਾਂ ਦਾ ਕਿਸੇ ਵੀ ਵਿਸ਼ੇਸ਼ ਵਿਅਕਤੀ ਦੇ ਜੀਵਨ ਨਾਲ ਕੋਈ ਸੰਬੰਧ ਨਹੀਂ ਹੈ। ਦਾਣਾ ਪਾਇਆ ਇਹਨੂੰ ਭੂਰਾ ਦੁੱਧ ਵਧੂ ਫੇਰ ਚਟਨ ਕਰ ਗਈ ਫੰਡਰ ਜੰਗਲ ਖਲਾ ਕੇ ਤੁਹਾਨੂੰ ਕਿੰਨੀ ਵਾਰੀ ਆਖਿਆ ਘਰੋਂ ਕੱਢ ਦਿਓ ਬਾਹਰ ਓਨੀ ਇਹਨੂੰ ਸੂਆ ਪੈਣਾ ਤੇ ਨਾ ਹੀ ਇਹਨੂੰ ਦੁੱਧ ਦੇਣਾ ਐ ਖਰਚਾ ਹੀ ਹੈ ਵਾਧੂ ਦਾ ਵੇ ਪੁੱਤ ਨਾ ਘਰੋ ਕੱਢ ਬੇਜ਼ਬਾਨੀ ਨੂੰ ਇੰਨਾ ਚਿਰ ਇਸ ਦਾ ਦੁੱਧ ਪੀਤਾ ਇਹ ਤਾਂ ਘਾਹ ਫੂਸ ਖਾ ਕੇ ਵੀ ਬਾਲਟੀ ਭਰ ਦਿੰਦੀ ਜਦੋਂ ਬਾਲਟੀ ਭਰਦੀ ਸੀ ਤਾਂ ਸਿਵਾ ਬਥੇਰੀ ਕਰਾਉਂਦੀ ਸੀ ਹੁਣ ਨੀ ਮੈਂ ਤੋਂ ਪਾਏ ਜਾਂਦੇ ਪੱਠੇ ਇਹ ਖੰਡਰ ਨੂੰ ਵੇ ਪੁੱਤ ਇੰਨਾ ਚਿਰ ਇਹਦੇ ਜਾਇਆਂ ਨਾਲ ਖੇਤੀ ਕਰਦਾ ਰਿਹਾ ਤੂੰ ਬੇਬੇ ਚੁੱਪ ਕਰਕੇ ਬਹਿਨੀ ਹੈ ਕਿ ਤੈਂ ਵੀ ਐਵੇਂ ਕਰਵਾਉਣੀ ਹੈ ਜੇ ਬਾਲੀ ਔਖੀ ਹੈ ਤੇ ਬਹਿ ਜਾ ਅੰਦਰ ਜਾ ਕੇ ਤੇਨ ਦੁਦੈ ਤੇ ਬਾਹਰੀ ਕਿਤਨਾ ਵੈ ਕਾਮ ਜਲ ਬਿਨ ਸਾਖ ਕੁਮਲਾਵਤੀ ਉਪਜੈ ਨਾਹੀ ਦਾਮ ਉਪਜੈ ਨਾਹੀ ਦਾਮ ਭੁੱਖ ਲੱਗੀ ਆ ਪਹਿਲਾਂ ਰੋਟੀ ਲਿਆ ਬੇਬੇ ਸੋਚਣਾ ਪਊ ਕੁਝ ਕੱਲ ਨੂੰ ਤਿਆਰੀ ਕਰ ਲਈ ਮੈਂ ਠੰਡੇ ਠੰਡੇ ਛੱਡਦਾ ਤੈਨੂੰ ਨਾਲ ਝੋਨਾ ਵੀ ਲਾਉਣਾ ਭਈਏ ਸੱਦੇ ਦਿਹਾੜੀ ਤੇ ਮੈਂ ਪੁੱਤ ਤਿਆਰੀ ਕੀ ਕਰਨੀ ਹੈ ਆ ਚੁੰਨੀ ਬਦਲਣੀ ਮੈਲੀ ਜਿਹੀ ਆਹੋ ਇੱਥੇ ਤਾਂ ਮੈਲੀ ਚੁੰਨੀ ਦਿੰਨੀ ਆ ਮੈਂ ਉੱਥੇ ਲਈ ਸ਼ਹਿਰ ਜਾ ਕੇ ਚਿਕਨ ਦੀਆਂ ਧੋਤੀਆਂ ਚਾਦਰਾਂ ਸਿਰ ਤੇ ਕੀ ਆਖੇ ਪੁੱਤ ਆਖਣਾ ਕੀ ਆ ਬੇਬੇ ਮੈਂ ਕਿਹਾ ਚਿਕਨ ਦੀ ਚੁੰਨੀ ਕੱਢ ਦੋ ਉਹ ਲੈ ਜੀ ਸਵੇਰੇ ਸਿਰ ਤੇ ਸਦਕੇ ਹੋ ਜਾ ਬਹੁਤ ਖਿਆਲ ਰੱਖਣੀ ਮੇਰਾ ਪੁੱਤ ਆ ਲੈ ਬੇਬੇ ਆ ਨੀਂਦ ਦੀ ਗੋਲੀ ਲੈ ਲੈ ਤੇ ਸੌ ਜਾ ਹੁਣ ਮੁੜ ਕੇ ਜਲਦੀ ਆਪਾਂ ਸਵੇਰੇ ਜਾਣਾ ਹੈ ਚੰਗਾ ਕੀਤਾ ਤੁਸੀਂ ਬੇਬੇ ਨੇ ਸ਼ਹਿਰ ਵਾਲੇ ਕੋ ਛੱਡਣ ਦਾ ਫੈਸਲਾ ਲੈ ਲਿਆ ਹੈ ਖੰਗ ਖੰਗ ਕੇ ਸੌ ਨਹੀਂ ਦਿੰਦੀ ਸਾਰੀ ਰਾਤ ਹੁਣ ਭਲਾ ਕੋਈ ਜੂਣਾ ਇਹਦਾ ਕੀ ਥੋੜਾ ਪਿਆ ਦਾ ਜੂਣ ਬਾਜੋ ਉਹ ਰੱਬ ਨੂੰ ਹੀ ਮਤ ਕੌਣ ਦੇਵੇ ਚੰਗਿਆਂ ਭਲਿਆਂ ਨੂੰ ਚੱਕੀ ਜਾਂਦਾ ਇਹਨਾਂ ਨੂੰ ਨਹੀਂ ਲਿਜਾਂਦਾ ਜਿਹੜੇ ਹੱਡ ਰਗੜੀ ਜਾਂਦੇ ਆ ਜੂਣਾ ਦੁੱਬਰ ਕਰ ਛੱਡਿਆ ਸਾਡਾ ਨਾ ਕਿਤੇ ਛੱਡ ਕੇ ਜਾਣ ਜੋਗੇ ਆ ਤੇ ਨਾ ਨਾਲ ਲਿਜਾਣ ਜੋਗੇ ਆ ਗਾਂ ਵੈੜ ਹੋਵੇ ਤੇ ਘਰੋਂ ਕੱਢਦੀ ਡੰਡਾ ਮਾਰ ਕੇ ਫੰਡਰ ਨੂੰ ਇਹਨੂੰ ਕਿੱਥੇ ਕੱਢ ਗਈ ਹੁਣ ਇਹਨੂੰ ਤਾਂ ਮੰਜੇ ਤੇ ਬੈਠੀ ਨੂੰ ਹੀ ਦੇਣਾ ਪੈਣਾ ਖਾਣ ਨੂੰ
ਦੂਜਾ ਮੌਜਾਂ ਕਰਦੇ ਆ। ਹੋਰ ਕੱਲੇ ਬਾਪੂ ਨੂੰ ਸਾਂਭਦੇ ਆ, ਉਹ ਕੰਮ ਧੰਦਾ ਵੀ ਕਰ ਦਿੰਦਾ ਉਹਨਾਂ ਦਾ। ਮੌਜਾਂ ਕਰ ਦਿੰਦਾ ਮੈਂ ਉਹਨਾਂ ਨੂੰ, ਗਲ ਪਾ ਕੇ ਆਉਣਾ ਕੱਲ ਨੂੰ ਇਹ ਆਪ ਤੋਂ ਉਹਨਾਂ ਦੀ। ਉਹ ਰੱਖਣਗੇ ਤਾਂ ਹੀ ਨਾ, ਜੇ ਪਰੰਗ ਚਿੱਠੀ ਵਾਂਗੂ ਅਗਲੇ ਨੇ ਮੋੜ ਕੇ ਤੋਰ ਦਿੱਤੀ ਤਾਂ ਕੀ ਕਰਾਂਗੇ। ਨਾਲੇ ਐਤਕੀ ਚੰਗੀ ਤਰ੍ਹਾਂ ਗੱਲ ਕਰਕੇ ਆਇਓ, ਇਹ ਨਾ ਹੋਵੇ ਕਿ ਛੱਡਣ ਵਾਲਾ ਬਾਅਦ ਚ ਪਹੁੰਚੇ ਤੇ ਬੇਬੇ ਨੂੰ ਪਹਿਲਾਂ ਭੇਜ ਦੇਣ। ਹੋਰ ਉਹਨਾਂ ਨੇ ਤਾਂ ਜੀਭ ਹੀ ਹਿਲਾ ਦੇਣੀ ਆ ਕਿ ਨੌਕਰੀ ਵਾਲੇ ਆ, ਔਖਾ ਹੈ ਸਾਨੂੰ। ਕਿਵੇਂ ਹਿਲਾ ਦੇਣਗੇ ਜੀਭ, ਮੈਂ ਚੰਗੀ ਤਰ੍ਹਾਂ ਆ ਕੇ ਆਉਂ ਕਿ ਇੰਨੇ ਸਾਲ ਅਸੀਂ ਸਾਂਭੀ ਆ, ਹੁਣ ਸਾਂਭੋ ਤੁਸੀਂ ਦੋਵਾਂ ਨੂੰ, ਸਾਡੀ ਵਾਰੀ ਖਤਮ। ਹੁਣ ਦੋ ਟੋਕ ਗੱਲ ਕੀਤੇ ਰਾਸ ਹੋਣੀ ਆ, ਸਵੇਰੇ ਜਲਦੀ ਜਾਇਓ, ਨਾਲੇ ਨਹੀਂ ਤੇ ਅਗਲੇ ਦਿਨ ਨੌਕਰੀਆਂ ਤੇ ਨਿਕਲ ਜਾਣਾ। ਕੱਲ ਨੂੰ ਐਤਵਾਰ ਹੈ, ਸਾਰੇ ਘਰੇ ਹੋਣਗੇ, ਤੂੰ ਸੌ ਜਾ ਨਿਸ਼ਚਿੰਤ ਹੋ ਗਏ। ਸਵੇਰੇ ਕਿੰਨੇ ਕੁ ਵਜੇ ਜਾਣਾ? ਮੂੰਹ ਮਨੇਰੇ ਚੱਲੂ, ਦਿਨ ਚੜ੍ਹਦਿਆਂ ਨੂੰ ਮੋੜ ਆਊ। ਮੈਨੂੰ ਚਾਹ ਦੇ ਨਾਲ ਹੀ ਲਾ ਦੀ ਦੋ ਪਰੌਂਠੇ। ਚੰਗਾ ਸੌ ਜਾ ਫਿਰ। ਬੇਬੇ ਚੱਲੀ ਆ। ਕਵੰਤ ਪੁੱਤ ਤੂੰ ਤਾਂ ਉੱਥੇ ਮੈਨੂੰ ਮਿਲਣ ਆਵੇਂਗਾ ਨਾ? ਆਉਂਗਾ ਜਦੋਂ ਵੇਲ ਮਿਲੀ। ਪੁੱਤ ਤੇਰੇ ਬਿਨਾਂ ਜੀ ਨਹੀਂ ਲੱਗਣਾ, ਮੂਲ ਨਾਲ ਵਿਆਜ ਪਿਆਰਾ ਹੁੰਦਾ ਏ। ਉਹ ਤੇਰਾ ਬਥੇਰਾ ਚੇਤ ਲਵਾ ਦੇਣਾ ਤੇ ਬਾਪੂ ਨੇ। ਚੱਲ ਬੇਬੇ ਤੈਨੂੰ ਬੱਸ ਅੱਡੇ ਤੱਕ ਛੱਡ ਆਵਾਂ। ਕੁਲਵੰਤ ਸਮਾਨ ਲੈ ਲੈ ਮਾਤਾ ਦਾ, ਕਿਤੇ ਇੱਥੇ ਹੀ ਨਾ ਰਹਿ ਜੇ। ਤੇਨ ਦੁੱਧ ਤੇ ਬਾਹਰੀ ਕਿਤਨਾ ਵਕਾਮ, ਜਲ ਬਿਨ ਸਾਖ ਕੁਮਲਾਵਤੀ। ਚੱਲ ਚੱਲ ਬੇਬੇ ਛੇਤੀ ਕਰ, ਬੱਸ ਨਿਕਲ ਜਾਣੀ ਆ। Thank God.
ਹੀ ਸੁਨਾਮੀ ਉੱਠ ਕੇ ਤੇ ਪੜ ਲਓ ਜੇ ਨੰਬਰ ਥੋੜੇ ਆਇਆ ਨਾ ਤਾਂ ਤੁਹਾਡੀ ਮਾਂ ਨੇ ਇੱਥੇ ਲਿਆ ਦੇਣੀ ਸੁਨਾਮੀ ਚਲੋ ਚਲੋ ਪੜੋ ਉੱਠ ਕੇ ਨਹੀਂ ਪੜਿਆ ਜਾਂਦਾ ਉੱਥੇ ਮੇਰੇ ਤੋਂ ਤੋਤਾ ਰਿਟਰਨ ਕਰੀ ਜਾਂਦਾ ਉੱਥੇ ਫਾਦਰ ਤੁਹਾਡਾ ਮੇਰੇ ਤੋਂ ਵੀ ਨਹੀਂ ਪੜਿਆ ਜਾਂਦਾ ਉੱਥੇ ਡੈਡ ਸਾਰਾ ਦਿਨ ਬਾਪੂ ਵਾਹਿਗੁਰੂ ਕਰਦਾ ਰਹਿੰਦਾ ਪਤਾ ਨੀ ਕੀ ਬਿਮਾਰੀ ਚਮੜੀ ਹੈ ਬਾਪੂ ਨੂੰ ਵੀ ਇਹੀ ਤਾਂ ਅਸੀਂ ਕਹਿੰਦੇ ਆ ਸਾਡੇ ਤੋਂ ਵੀ ਪੜਿਆ ਜਾਂਦਾ ਉੱਥੇ ਹੈਡੇਕ ਹੁੰਦੀ ਹੈ ਸਾਡੇ ਤੇ ਮੇਰੇ ਵੀ ਕੰਪਿਊਟਰ ਤੇ ਬੈਠਾ ਤਾਂ ਨਹੀਂ ਹੈਡੇਕ ਹੁੰਦੀ ਤੁਹਾਡੇ ਬੈਠੋ ਇੱਥੇ ਬੈਠ ਕੇ ਪੜੋ ਮੈਂ ਕਹਿਣਾ ਬਾਪੂ ਨੂੰ ਰੌਲਾ ਘੱਟ ਪਾਵੇ बच्चे ज्योंदे रहन तेरे ਕਮਲਜੀਤ ਕੌਣ ਆਇਆ ਬੇਬੇ ਤੁਹਾਡੀ ਬੇਬੇ ਮੇਰੀ ਕਿਉਂ ਆਸ਼ਰਮ ਹੈ ਨਾ ਇਹ ਜਿਹਨੂੰ ਕੋਈ ਨਹੀਂ ਰੱਖਦਾ ਘਰ ਚ ਇੱਥੇ ਆ ਜਾਂਦਾ ਮੂੰਹ ਚੁੱਕ ਕੇ ਓ ਬਾਬ ਪਲੀਜ਼ ਹੁਣ ਮੈਨੂੰ ਨਾ ਕਿਹਾ ਕਿ ਉਸਨੂੰ ਆਪਣੇ ਕਮਰੇ ਸਵਾਓ ਮੈਂ ਨਹੀਂ ਕਿਸੇ ਨਾਲ ਆਪਣਾ ਕਮਰਾ ਸ਼ੇਅਰ ਕਰ ਸਕਦਾ ਤੇ ਬਾਬ ਮੈਂ ਵੀ ਨਹੀਂ ਕਿਸੇ ਨਾਲ ਕਮਰਾ ਸ਼ੇਅਰ ਕਰ ਸਕਦੀ ਆਪਣਾ ਇਉਂ ਕਰਿਓ ਆਪਣੇ ਫਾਦਰ ਕੋਲ ਹੀ ਪਾ ਦਿਓ ਉਸਨੂੰ ਪੇਟੀਆਂ ਵਾਲੇ ਕਮਰੇ ਚ ਨਾਲੇ ਮੈਨੂੰ ਰੋਟੀ ਪਕਾਉਣ ਲਈ ਨਹੀਂ ਕਹਿਣਾ ਮੈਂ ਪੜ੍ਹਦਾ ਹੁੰਦਾ ਹੈ ਤੇ ਮੈਨੂੰ ਵੀ ਲੱਗ ਜਾ ਜੋ ਪਲੀਜ਼ ਹਾਂ ਤੁਹਾਨੂੰ ਦੋਵਾਂ ਨੂੰ ਨਹੀਂ ਕਹਿੰਦਾ ਉਹਨਾਂ ਦੋਵਾਂ ਨੂੰ ਕਹਾਂਗਾ ਗੁਰਦੁਆਰੇ ਜਾ ਕੇ ਲੰਗਰ ਚੋਂ ਖਾ ਆਇਆ ਕਰਨਗੇ
ਨਾਲੇ ਤੋਦਾ ਰਟਨ ਕਰਾਇਆ ਕਰਨਗੇ ਆਪਦਾ। ਤੁਹਾਡਾ ਕੀ ਮਤਲਬ ਹੈ? ਉਹ ਦੋਵੇਂ ਜਾਣੇ ਹੁਣ ਇੱਥੇ ਰਹਿਣਗੇ? ਮੈਨੂੰ ਕੀ ਪਤਾ ਹੈ, ਮੈਂ ਤਾਂ ਅਜੇ ਮਿਲਿਆ ਹੀ ਨਹੀਂ ਉਹਨਾਂ ਨੂੰ। ਮਿਲਣਾ ਕਿੱਥੋਂ ਸੀ, ਸਿੱਧਾ ਡਰਾਇੰਗ ਰੂਮ 'ਚ ਲੈ ਗਿਆ ਭਰਾ ਤੁਹਾਡਾ, ਬੜਾ ਸ਼ੈਤਾਨ ਹੈ। ਮਿਲ ਕੇ ਸਾਫ਼ ਕਹਿ ਦਿਓ ਉਹਨੂੰ ਕਿ ਸਾਡੇ ਹਿੱਸੇ ਇੱਕ ਆਉਂਦਾ ਸੀ, ਅਸੀਂ ਰੱਖੀ ਬੈਠੇ ਹਾਂ, ਦੂਸਰਾ ਆਪੇ ਸਾਂਭਣ। ਮੈਂ ਕਿਹਾ ਸੀ ਬਥੇਰਾ ਜਦੋਂ ਆਏ ਸੀ ਤੁਸੀਂ ਰੱਖੋ, ਪਰ ਉਹ ਕਿਹੜਾ ਪੁੱਛਦੇ ਆਉਣ ਲੱਗਿਆ। ਉਹ ਕਿਉਂ ਨਹੀਂ ਰੱਖਦੇ, ਉਹਨਾਂ ਨੂੰ ਕੀ ਔਖਾ ਹੈ ਉੱਥੇ? ਉਹਨਾਂ ਨੂੰ ਕੀ ਲੋੜ ਹੈ ਰੱਖਣ ਦੀ, ਜਿੰਨਾ ਚਿਰ ਕੰਮ ਕਰਦੇ ਸੀ ਰੱਖ ਲਿਆ, ਹੁਣ ਖਰਚਾ ਆਉਂਦਾ ਬਿਮਾਰੀ ਸ਼ਮਾਰੀ ਤੇ, ਕੱਢਦੇ ਘਰੋਂ ਵਾਰੋ ਵਾਰੀ। ਘਰੋਂ ਨੀ ਕੱਢਿਆ ਸੀ, ਆਪਣੀ ਹਿੱਸੇ ਤੇ ਰੱਖੀ ਆ 15 ਸਾਲ ਦੋਵੇਂ, ਤੇ ਬੇਬੇ ਰੱਖੀ ਆ 2 ਸਾਲ ਵਾਧੂ ਦੀ, ਹੁਣ ਢਾਡੀ ਵਾਰੀ, ਸਾਰੀ ਉਮਰ ਇਹਨਾਂ ਨੂੰ ਸਾਂਭਣ ਦਾ ਠੇਕਾ ਨਹੀਂ ਲਿਆ ਮੈਂ। ਆਹੋ, ਹੁਣ ਤੁਸੀਂ ਕਾਹਨੂੰ ਠੇਕਾ ਲੈਣਾ ਹੈ, ਜਿਨ੍ਹਾਂ ਦੇ ਤੁਹਾਨੂੰ ਸਾਂਭਦੇ ਸੀ ਉਹਨਾਂ ਤੇ ਰੱਖ ਰੱਖੇ, ਹੁਣ ਕੰਮ ਨਹੀਂ ਰਹੇ, ਹੱਥ ਮਾਰਦੀ। ਆ ਦੇਖ ਲੈ ਬਾਈ ਕਿਵੇਂ ਪੁੱਠਾ ਜਿਹਾ ਬੋਲਦੀ ਹੈ ਭਾਬੀ ਮਾਂ ਪਿਓ ਨੂੰ। ਆਹੋ, ਇਹ ਪੁੱਠਾ ਬੋਲਦੀ ਤੇ ਤੂੰ ਬਹੁਤ ਸਿੱਧਾ, ਜਿਹੜਾ ਚਲਾਕੀ ਨਾਲ ਹੀ ਛੱਡ ਚੱਲਿਆ ਦੋਨਾਂ ਨੂੰ ਇੱਥੇ। ਚੁੱਪ ਕਰਕੇ ਜਿੱਧਰੋਂ ਲਿਆ ਉੱਧਰ ਲੈ ਜਾ ਇਹਨਾਂ ਨੂੰ, ਅਸੀਂ ਆ ਨੌਕਰੀ ਵਾਲੇ ਬੰਦੇ, ਸਾਥੋਂ ਨਹੀਂ ਸਾਂਭਦੇ ਦੋਨੋਂ। ਸਾਹਮਣੇ ਸਾਂਭ, ਮੈਂ ਤਾਂ ਚੱਲਿਆ ਏ ਬਈਏ, ਡੀਕਦੇ ਆ ਮੈਨੂੰ, ਜਾ ਕੇ ਝੋਨਾ ਵੀ ਲਾਉਣਾ ਮੈਂ। ਚਾਚੂ ਬਹਿ ਜਾ ਚੁੱਪ ਕਰਕੇ। ਆਲੇ ਤੇਰਾ ਮੈਂ ਤਾਂ ਠੀਕ ਹੈ, ਤੂੰ ਠੀਕ ਹੈ, ਦਵਾਈ ਬੂਟੀ ਲਈ ਜਾਣਾ ਹੈ। ਮੈਂ ਤਾਂ ਠੀਕ ਹਾਂ, ਲੇਕੇ ਦਾ ਪਰਿਵਾਰ ਰਾਜੀ ਸੀ। ਠੀਕ ਹੈ, ਨਿਸ਼ਾਨ ਆਪਣਾ ਆਪਣਾ ਮੇਰੇ ਨਾਲ ਆਇਆ। ਠੀਕ ਹੋ ਜਾਏਗੀ ਤੂੰ, ਠੀਕ ਹੋ ਜਾਏਗੀ। ਬਾਪੂ ਠੀਕ ਹੈ, ਤੂੰ ਕਿੱਥੇ ਸੀ? ਬੂਟਿਆਂ ਨੂੰ ਪਾਣੀ ਪਾਉਣਾ ਸਾ, ਹੋਰ ਸਾਰੇ ਰਾਜੀ ਖੁਸ਼ੀ, ਤੁਸੀਂ ਸਾਰੇ ਠੀਕ ਹੋ? ਅਸੀਂ ਤਾਂ ਸਾਰੇ ਠੀਕ ਹਾਂ। ਆ ਬੇਬੇ ਤੇਰੇ ਤੋਂ ਬਗੈਰ ਚੇਤ ਨਹੀਂ ਲਾਉਂਦੀ, ਇਸੇ ਕਰਕੇ ਬਿਮਾਰ ਹੋ ਗਈ, ਅਸੀਂ ਕਿਆ ਇਕੱਠੇ ਕਰ ਦਈਏ। ਤੁਹਾਡੀ ਮਰਜ਼ੀ ਹੈ ਪੁੱਤ, ਮੁਸ਼ਕਿਲਾਂ ਕਰ ਦਿਓ। ਚੰਗਾ ਬੇਬੇ, ਚੱਲਦਾ ਮੈਂ, ਦਵਾਈ ਦਵਾ ਲਿਓ ਬਾਈ ਆਪੇ, ਨਾਲੇ ਟੈਸਟ ਕਰਾ ਲਿਓ ਤੇਰੇ, ਮੈਂ ਛੇਤੀ ਜਾਣਾ, ਝੋਨਾ ਲਾਉਣ ਲਈ ਬੰਦੇ ਸੱਦੇ ਆ। ਜਿਹੜੇ ਕੁਐਸਚਨ ਕਰ ਦਿੱਤੇ ਸੀ ਉਹ ਯਾਦ ਕਰ ਲਿਆ ਨਾ ਸਾਰੇ? ਹਾਂ ਕਰ ਲਏ ਡੈਡ। ਤੁਸੀਂ ਚੁੱਪ ਕਰਕੇ ਬੈਠੇ ਰਹੋ ਜੇ ਇੱਥੇ, ਤੇ ਉਹ ਸ਼ੈਤਾਨ ਭਰਾ ਤੁਹਾਡਾ ਦੋਵਾਂ ਬੁੱਢਿਆਂ ਨੂੰ ਗਲ ਪਾ ਚੱਲਿਆ ਸਾਡੇ। ਲੈ ਐ ਕਿਵੇਂ ਕਰ ਪਾ ਜੂ, ਮੈਂ ਕਰਦਾ ਨਾ ਗੱਲ ਉਹਦੇ ਨਾਲ, ਵੀ ਲੈ ਕੇ ਜਾ ਜਿਵੇਂ ਛੱਡ ਕੇ ਗਿਆ। ਗੱਲ ਕਿਹਦੇ ਨਾਲ ਕਰੋਗੇ, ਉਹ ਤੇ ਉਡਾਰੀ ਨਹੀਂ ਮਾਰ ਗਿਆ। ਹੈ ਗਿਆ? ਹੋਰ ਮੈਂ ਆਪ ਜਾਂਦਾ ਵੇਖਿਆ। ਕੋਈ ਗੱਲ ਨੀ, ਜੇ ਉਹ ਸ਼ੈਤਾਨ ਹੈ ਤਾਂ ਮੈਂ ਵੀ ਘੱਟ ਨੀ, ਸਵੇਰੇ ਲੱਦ ਕੇ ਗੱਡੀ 'ਚ ਛੱਡ ਕੇ ਆਊ ਉੱਥੇ। ਦਸ ਦਿਨ ਨਹੀਂ ਪੈਣੇ, ਉਹਨਾਂ ਨੇ ਫੇਰ ਵਾਪਸ ਛੱਡ ਦੇਣਾ ਕੋਈ ਬਹਾਨਾ ਬਣਾ ਕੇ, ਕੋਈ ਪੱਕਾ ਇਲਾਜ ਸੋਚਣਾ ਪਊਗਾ। ਸਾਰਾ ਦਿਨ ਖੰਘਦੀ ਰਹਿੰਦੀ ਹੈ, ਖੌਰੇ ਟੀਵੀ ਨਾ ਹੋਈ ਹੋਵੇ। ਓ ਮਾਈ ਗੋਡ, ਟੀਵੀ? ਮੈਂ ਨਹੀਂ ਗੱਲ ਕਰਨੀ ਫਿਰ ਉਹਨਾਂ ਨਾਲ, ਇਹ ਛੂਤ ਦਾ ਰੋਗ ਹੈ, ਮੈਨੂੰ ਵੀ ਲੱਗ ਸਕਦਾ। ਹਾਂ ਇਹ ਤਾਂ ਮੈਨੂੰ ਵੀ ਹੋ ਸਕਦੀ ਹੈ, ਫਿਰ ਬਹੁਤ ਲੌਂਗ ਟ੍ਰੀਟਮੈਂਟ ਹੈ ਇਹਦਾ। ਮੈਂ ਤੇ ਆਪ ਨਹੀਂ ਨੇੜੇ ਜਾਣਾ, ਆਪੇ ਤੇਰੇ ਡੈਡ ਇਲਾਜ ਕਰਾਉਣਗੇ ਉਹਦਾ। ਮੈਂ ਕਿਉਂ ਛੇੜਾਂ ਬਿਮਾਰੀ? ਨਹੀਂ ਛੇੜਨੀ ਬਿਮਾਰੀ ਤੇ ਕਰੋ ਕੁਛ, ਮੈਂ ਤਾਂ ਕਹਿੰਦੀ ਹਸਪਤਾਲ ਚ ਦਾਖਲ ਕਰਵਾ ਦਿਓ ਤੇ ਖਰਚਾ ਉਹਨਾਂ ਨੂੰ ਕਹਿ ਦਿਓ ਆਪੇ ਭੇਜਿਆ ਕਰਨਗੇ। ਜਦੋਂ ਦੀ ਸੱਟ ਲੱਗੀ ਇਹ ਤੋਂ ਸਿਰ ਦੁਖੀ ਜਾਂਦਾ ਰਹਿੰਦਾ। ਮੈਂ ਮਰ ਜਾ ਕਿੱਥੇ ਸੱਟ ਲੱਗੀ? ਹਲੋ, ਇਲਾਜ ਨਹੀਂ ਕਰਾਇਆ? ਇਲਾਜ ਤਾਂ ਕਰਾਇਆ ਸੀ ਪਰ ਆਰਾਮ ਨਹੀਂ ਆਇਆ। ਮੈਨੂੰ ਲੱਗਦਾ ਹੁਣ ਡੈਡ ਹਸਪੀਟਲ ਚ ਦਾਖਲ ਕਰਾਉਣਗੇ ਆਪਣੀ ਬੇਬੇ ਨੂੰ। ਇਟਸ ਅ ਗੁੱਡ ਡਿਸੀਜਨ, ਚੰਗੀ ਗੱਲ ਹੈ। ਸ਼ੁਕਰ ਹੈ ਬਲਾਟਲ। ਮਾਂ ਮੈਂ ਇੱਕ ਵਾਰ ਦੂਰੋਂ ਦੇਖ ਲਾ ਬੇਬੇ ਨੂੰ, ਮੈਨੂੰ ਛੋਟੇ ਨੂੰ ਪਟਾਕੇ ਲਿਆ ਕੇ ਦਿੰਦੇ ਸੀ ਦੀਵਾਲੀ ਤੇ। ਮੈਨੂੰ ਵੀ ਕਈ ਵਾਰ ਫਰਾਕਾਂ ਲੈ ਕੇ ਦਿੱਤੀਆਂ ਉਹਨਾਂ ਨੇ। ਚੁੱਪ ਕਰਕੇ ਬੈਠੋ, ਪੜੋ, ਜੇ ਜ਼ਿਆਦਾ ਪਿਆਰ ਦਿਖਾਓਗੇ ਨਾ ਤੇ ਜਾਣਾ ਨਹੀਂ ਉਹਨੇ ਇੱਥੋਂ, ਜਾਣ ਲੱਗੀ ਨੂੰ ਮਿਲ ਲਿਓ। ਬਟ ਮਾਮ ਦੀਸ ਆਰ ਨਾਟ ਗੁੱਡ ਮੈਨਰਸ। ਹੁਣ ਮੈਨੂੰ ਮੈਨਰ ਸਿਖਾਓਗੇ? ਆਪ ਹੀ ਤਾਂ ਕਹਿੰਦੇ ਹੋ ਟੀਵੀ ਸ਼ੂਟ ਦਾ ਰੋ ਗਿਆ, ਪਰ ਅਜੇ ਪਤਾ ਥੋੜੀ ਲੱਗਾ ਕਿ ਟੀਵੀ ਹੈ ਵੀ ਕਿ ਨਹੀਂ। ਹਾਂ ਸਾਨੂੰ ਇੱਕ ਵਾਰ ਤਾਂ ਮਿਲ ਲੈਣਾ ਚਾਹੀਦਾ। ਚੁੱਪ ਕਰਕੇ ਬੈਠੋ ਤੇ ਪੜੋ, ਜੇ ਜ਼ਿਆਦਾ ਵਕਾਲਤ ਕੀਤੀ ਨਾ ਤੇ ਮੈਂ ਸਾਰੀਆਂ ਗੇਮਸ ਬੰਦ ਕਰ ਦੇਣੀਆਂ ਜਿਹੜੀਆਂ ਤੁਹਾਡੇ ਡੈਡ ਤੋਂ ਚੋਰੀ ਲੈ ਕੇ ਦਿੱਤੀਆਂ। ਓ ਮਾਮ, ਨੋ ਨੋ ਨੋ, ਇਟਸ ਓਕੇ, ਪੜਦੇ ਆ। ਬੇਬੇ ਕੀ ਹਾਲ ਹੈ ਤੇਰਾ? ਤੇਰਾ ਮੂੰਹ ਵੇਖ ਕੇ ਠੀਕ
ਚੜਿਆ ਬੇਬੇ ਖੰਗ ਹੀ ਦਾਜੇ ਜਾਨੀ ਹੈ ਇਹ ਤਾਂ ਬਹੁਤ ਹੱਡਾਂ ਦੇ ਨਾਲ ਹੀ ਜਾਊ ਬੇਬੇ ਨਹੀਂ ਜਾਣ ਦਿੰਦੇ ਹੱਡਾਂ ਨਾਲ ਮੈਂ ਡਾਕਟਰ ਨਾਲ ਗੱਲ ਕੀਤੀ ਆ ਉਹ ਕਹਿੰਦਾ ਵੀ ਤੇਰੇ ਸਾਰੇ ਟੈਸਟ ਕਰਾਉਣੇ ਪੈਣੇ ਆ ਸ਼ਾਇਦ ਕੁਝ ਦਿਨ ਦਾਖਲ ਕਰਨਾ ਪਵੇ ਮਾਂ ਸਦਕੇ ਰੱਬ ਤੇਰੀ ਵੱਡੀ ਉਮਰ ਕਰੇ ਬੁੱਤ ਬੇਬੇ ਵੱਡੀ ਉਮਰ ਤੋਂ ਕੀ ਕਰਾਉਣਾ ਛੋਟੀ ਚੰਗੀ ਹੈ ਫਿਰ ਜੀ ਐਵੇਂ ਤੁਹਾਡੇ ਵਾਂਗੂੰ ਦੂਜਿਆਂ ਨੂੰ ਪਰੇਸ਼ਾਨ ਕਰਦੇ ਫਿਰਾਂਗੇ ਮੇਰਾ ਮਤਲਬ ਡਾਕਟਰਾਂ ਨੂੰ ਪਰੇਸ਼ਾਨ ਕਰਦੇ ਫਿਰਾਂਗੇ ਇਹ ਤਾਂ ਹੈ ਹੀ ਪੁੱਤ ਪੋਤਾ ਪੋਤੀ ਕਿੱਥੇ ਨੇ ਮੇਰੇ ਸਕੂਲ ਗਏ ਨੇ ਨਹੀਂ ਬੇਬੇ ਪੇਪਰ ਆ ਉਹਨਾਂ ਦੇ ਪੜ੍ਹਦੇ ਆ ਮੈਂ ਅਜੇ ਦੱਸਿਆ ਨਹੀਂ ਉਹਨਾਂ ਨੂੰ ਇਹ ਤਾਂ ਭੱਜੇ ਆਉਂਦੇ ਮੈਂ ਕਿਹਾ ਵੀ ਪੇਪਰ ਦੀ ਤਿਆਰੀ ਕਰ ਲੈਣਾ ਫਿਰ ਦੱਸ ਦਿਆਂਗਾ ਚੰਗੇ ਨੰਬਰ ਲੈ ਕੇ ਰੱਬ ਉਹਨਾਂ ਨੂੰ ਪਾਸ ਕਰੇ ਕਮਲਜੀਤ ਚਾਹ ਲੈ ਕੇ ਆ ਬਈ ਬੇਬੇ ਬਾਪੂ ਲਈ ਦੁੱਧ ਥੋੜਾ ਜਿਹਾ ਵਾਹ ਵਾਹ ਪਾ ਲਈ ਬੇਬੇ ਤਾਂ ਬੜੀ ਕਮਜ਼ੋਰ ਜੀ ਹੋਈ ਪਈ ਹੈ ਬੋਲੇ ਝੂਠ ਕਮਾਵੇ ਅਵਰਾ ਬੋਲੇ ਝੂਠ ਕਮਾਵੇ ਅਵਰਾ ਕ੍ਰਿਸ਼ਨ ਨਾ ਬੁਝੇ ਬਹੁਤ ਹੈ ਆਲੋ ਬੇਬੇ ਜੀ ਬਰਫੀ ਖਾਓ ਮੇਰੇ ਤਾਂ ਪੁੱਤ ਦੰਦ ਦੁਖਦੇ ਨੇ ਚਲੋ ਫਿਰ ਤਾਂ ਦੰਦ ਵੀ ਨਾਲ ਹੀ ਵਿਖਾ ਲਿਆਵਾਂਗੇ ਠੀਕ ਹੈ ਪੁੱਤ ਕਮਲਜੀਤ ਵੀ ਤਿਆਰੀ ਕਰ ਦਿਓ ਬੇਬੇ ਬਾਪੂ ਦੀ ਸਵੇਰੇ ਹਸਪਤਾਲ ਜਾਣਾ ਇਹਨਾਂ ਨੇ ਕੱਪੜੇ ਕੁੱਪੜੇ ਤਿਆਰ ਕਰ ਦਿਓ ਕੱਪੜੇ ਤਾਂ ਚਾਹੀਦੇ ਨਾ ਉੱਥੇ ਇਹਨਾਂ ਨੂੰ ਠੀਕ ਹੈ ਜੀ ਨਾਲੇ ਬੱਚਿਆਂ ਨੂੰ ਦੱਸ ਦੇ ਵੀ ਦਾਦੀ ਆਈ ਉਹਨਾਂ ਦੀ ਆ ਕੇ ਮਿਲ ਲੈਣ ਉਹਦਾ ਉਧਰੇ ਪਿਆ ਸੀ ਠੀਕ ਹੈ ਜੀ ਚਾਹ ਪੀਓ ਬਾਪੂ ਜੀ ਤੁਸੀਂ ਵੀ ਲਓ ਬੇਬੇ ਜੀ ਠੰਡੀ ਕੀਤੀ ਹੈ ਦੁੱਧ ਪਾ ਕੇ ਪੀ ਲਓ ਹੈਲੋ ਹਾਂਜੀ ਹਾਂਜੀ ਡਾਕਟਰ ਸਾਹਿਬ ਠੀਕ ਹੈ ਹੁਣੇ ਲੈ ਆਈਏ ਬਹੁਤ ਸ਼ੁਕਰੀਆ ਜੀ ਬਹੁਤ ਸ਼ੁਕਰੀਆ ਥੈਂਕ ਯੂ ਵੈਰੀ ਮਚ ਡਾਕਟਰ ਸਾਹਿਬ ਥੈਂਕ ਯੂ ਕਿਹਦਾ ਫੋਨ ਸੀ ਹਸਪਤਾਲ ਤੋਂ ਸੀ ਡਾਕਟਰ ਸਾਹਿਬ ਦਾ ਬੇਬੇ ਵਧਾਈਆਂ ਹੁਣ ਹੁਣੇ ਹੀ ਡਾਕਟਰ ਨੂੰ ਫੋਨ ਕੀਤਾ ਸੀ ਤੇ ਹੁਣੇ ਹੀ ਤਰੀਕ ਮਿਲ ਗਈ ਤੁਹਾਨੂੰ ਟੈਸਟ ਕਰਾਉਣ ਦੀ ਤਾਂ ਡਾਕਟਰ ਛੇਤੀ ਕੀਤਾ ਮਿਲਦਾ ਨਹੀਂ ਚੰਗਾ ਡਾਕਟਰ ਇਹ ਤਾਂ ਬਹੁਤ ਵਧੀਆ ਡਾਕਟਰ ਆ ਜੇ ਇਹਨੇ ਕੇਸ ਤੁਹਾਡਾ ਲੈ ਲੈਣਾ ਹੱਥ 'ਚ ਤੇ ਬਹੁਤ ਵਧੀਆ ਇਲਾਜ ਹੋਜੂ ਬਾਪੂ ਤੁਸੀਂ ਵੀ ਚਲੋ ਨਾਲ ਹੀ ਲੱਗਦਾ ਤੁਹਾਡਾ ਵੀ ਇਲਾਜ ਹੋਜੂ ਤੁਹਾਡਾ ਵੀ ਟੈਸਟ ਕਰਵਾ ਦਿਆਂਗੇ ਚੰਗਾ ਡਾਕਟਰ ਕੋਲੋਂ ਤਾਂ ਜੇ ਕਿਤੇ ਤਰੀਕ ਲੈਣੀ ਹੋਵੇ ਤਾਂ ਕਈ ਕਈ ਮਹੀਨੇ ਟੀਕਣਾ ਪੈਂਦਾ ਉੱਥੇ ਕਿਤੇ ਖਰਚਾ ਤਾਂ ਨਹੀਂ ਜ਼ਿਆਦਾ ਆਉਂਦਾ ਬਾਪੂ ਖਰਚੇ ਦੀ ਕਾਹਨੂੰ ਚਿੰਤਾ ਕਰਦਾ ਨਾ ਮਾਂ ਪਿਓ ਕਿਤੇ ਵਾਰ ਵਾਰ ਮਿਲਦੇ ਆ ਨਾਲੇ ਇੰਨਾ ਤਾਂ ਅਸੀਂ ਕਰ ਹੀ ਸਕਦੇ ਹਾਂ ਤੁਹਾਡੇ ਲਈ ਸ਼ਾਬਾਸ਼ ਘਰ ਘਰ ਨੇ ਪੁੱਤ ਇਹੋ ਜਿਹੇ ਹੋਣ ਪੁੱਤ ਬਹੁਤ ਔਖੇ ਨਾ ਹੋਇਆ ਜੇ ਤੂੰ ਬੇਬੇ ਬਹੁਤਾ ਨਾ ਸੋਚ ਹੋਣੇ ਦੇ ਬਾਰੇ ਕੱਪੜੇ ਲੈ ਨਾਲ ਆਪਣੇ ਜੇ ਉੱਥੇ ਦਾਖਲ ਹੋਣਾ ਪਿਆ ਤੇ ਕੰਮ ਆਉਣਗੇ ਚਲੋ ਚਲੀਏ ਚਲੋ ਛੇਤੀ ਕਰੋ ਚਲੀਏ ਫਿਰ ਬਾਪੂ ਤੂੰ ਵੀ ਲੈ ਸਮਾਨ ਆਪਣਾ ਚੰਗਾ ਪੁੱਤ ਬੇਬੇ ਜੀ ਤੁਹਾਨੂੰ ਯਾਦ ਆ ਜਦ ਦੀਵਾਲੀ ਵਾਲੇ ਦਿਨ ਤੁਸੀਂ ਮੈਨੂੰ ਪਟਾਕੇ ਲਿਆ ਕੇ ਦਿੰਦੇ ਜਦ ਮੈਂ ਛੋਟਾ ਹੁੰਦਾ ਸੀ ਮੈਂ ਸਦਕੇ ਹੋ ਜਾ ਕਾ ਜੇ ਠੰਡ ਪਏਗੀ ਪੁੱਤ ਯਾਦ ਹੈ ਤੈਨੂੰ ਹੈ ਤੇ ਤੁਸੀਂ ਮੈਨੂੰ ਪਿੰਕ ਫੁੱਲਾਂ ਵਾਲੀ ਫਰਾਕ ਲੈ ਕੇ ਦਿੱਤੀ ਜਾ ਰਹੇ ਪੁੱਤ ਮਾਂ ਸਦਕੇ ਮੈਂ ਠਰ ਜਾਵਾਂ ਹੈ ਜਾ ਰਹੇ ਤੁਹਾਨੂੰ ਪੁੱਤ ਚਲੋ ਬੱਚਿਓ ਚਲੋ ਪੜੋ ਚੱਲ ਕੇ ਸ਼ਾਬਾਸ਼ ਕਰੋ ਆਪਣੇ ਪੇਪਰਾਂ ਦੀ ਤਿਆਰੀ ਬੇਬੇ ਚੜ ਚਲੀਏ ਹੁਣ ਲੇਟ ਹੋ ਗਏ ਤਾਂ ਡਾਕਟਰ ਨੇ ਨਹੀਂ ਮਿਲਣਾ ਆਪਾਂ ਨੂੰ ਬੇਬੇ ਆ ਹੀ ਸਮਾਨ ਸੀ ਨਾ ਤੇਰਾ ਪੁੱਤ ਸਮਾਨ ਇਹਦੇ ਫਿਰ ਵਾਪਸ ਹੀ ਆਉਣਾ ਹੈ ਬੇਬੇ ਸਮਾਨ ਤਾਂ ਲੈ ਚੱਲ ਆਪਣਾ ਜੇ ਉਹਨਾਂ ਨੇ ਦਾਖਲ ਕਰ ਲਿਆ ਫਿਰ ਕੱਪੜੇ ਤਾਂ ਤੈਨੂੰ ਚਾਹੀਦੇ ਹੀ ਉੱਥੇ ਨਾਲ ਸਮਾਨ ਲੈ ਚੱਲੋ ਆਪਣਾ ਬਾਪੂ ਤੂੰ ਨਾ ਬੇਬੇ ਦੇ ਨਾਲ ਹੀ ਰਵੀ ਸਾਰੀ ਉਮਰ ਬੇਬੇ ਨੇ ਤੇਰੀ ਬੜੀ ਸੇਵਾ ਕੀਤੀ ਆ ਤੇ ਹੁਣ ਤੂੰ ਉਹਦੀ ਸੇਵਾ ਕਰਨੀ ਆ ਸੰਭਲ ਕੇ ਬੇਬੇ ਸੰਭਲ ਕੇ ਚਲੋ ਸ਼ਾਬਾਸ਼ ਚਲੋ ਸ਼ਾਬਾਸ਼ Thank you.
ਸੌਖੇ ਰਹੋਗੇ ਤੁਸੀਂ ਤੇ ਅਸੀਂ ਵੀ। ਇਹ ਹਸਪਤਾਲ ਹੈ? ਹਾਂ ਬੇਬੇ ਹਸਪਤਾਲ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਿਹਰਬਾਨੀ ਜੀ। ਤੁਸੀਂ ਸਤਵੀਰ ਸਿੰਘ ਜੀ ਜਿਨ੍ਹਾਂ ਹੁਣੇ ਫੋਨ ਕੀਤਾ? ਜੀ ਹਾਂ। ਇਹਨਾਂ ਗੁਰਮੁਖਾਂ ਨੂੰ ਛੱਡਣ ਆਏ? ਹਾਂਜੀ, ਇਹਨਾਂ ਨੂੰ ਛੱਡਣ ਆਇਆ। ਸੁੱਚਾ ਸਿੰਘ, ਹਰਨਾਮ ਕੌਰ। ਭਾਈ ਸੁੱਚਾ ਸਿੰਘ, ਮਾਤਾ ਹਰਨਾਮ। ਦਿਲ ਤਾਂ ਨਹੀਂ ਕਰਦਾ ਇਹੋ ਜਿਹਾ ਕਰਵਾਉਣ ਨੂੰ, ਪਰ ਕਾਗਜ਼ੀ ਕਾਰਵਾਈ ਤਾਂ ਕਰਨੀ ਪੈਂਦੀ ਹੈ ਨਾ ਗੁਰਮੁਖ। ਇੱਥੇ ਸਾਈਨ ਕਰ। ਕਿਹੋ ਜਿਹਾ ਹਸਪਤਾਲ ਹੈ? ਇਹ ਹਸਪਤਾਲ ਨਹੀਂ, ਇਹ ਬਿਰਧ ਆਸ਼ਰਮ ਹੈ। ਬਿਰਧ ਆਸ਼ਰਮ? ਇਹ ਸੁੱਖ ਨਿਵਾਸ ਹੈ ਬਿਰਧ ਆਸ਼ਰਮ। ਤੁਸੀਂ ਦੋਵੇਂ ਇੱਥੇ ਬਹੁਤ ਸੌਖੇ ਰਹੋਗੇ। ਮੈਂ ਚੱਲਦਾ ਜੀ ਫਿਰ। ਕਮਲਜੀਤ, ਉਹ ਆ ਗਏ ਤੁਸੀਂ? ਕਰਵਾਇਆ ਹਸਪਤਾਲ ਚ ਦਾਖਲ? ਨਹੀਂ, ਪੱਕਾ ਇਲਾਜ ਕਰਾਇਆ। ਪੱਕਾ ਇਲਾਜ? ਉਹ ਕਿਵੇਂ? ਬਿਰਧ ਆਸ਼ਰਮ ਚ ਭਰਤੀ ਕਰਵਾਇਆ। ਓ, ਦੈਟਸ ਗੁੱਡ ਆਈਡੀਆ। ਬਹੁਤ ਸੋਹਣੇ ਡੋਰੇ ਵੱਟਦੇ ਆ ਉਹਨਾਂ ਦੇ। ਬਹੁਤ ਵਧੀਆ। ਤੁਹਾਡਾ ਕੀ ਹਾਲ ਹੈ? ਚੰਗਾ। ਠੀਕ ਠਾਕ? ਫਿਰ ਠੀਕ ਹੈ? ਇੱਕ ਬੇਟੇ ਪ੍ਰੀਤੋ ਮਾਤਾ ਜੀ ਨੂੰ ਦਿੱਤੀ ਸੀ ਦਵਾਈ ਬੁਖਾਰ ਦੀ, ਉਹਨਾਂ ਨੂੰ ਬੁਖਾਰ ਹੈ? ਹਾਂਜੀ ਭੂਆ ਜੀ, ਮੈਂ ਉਹਨਾਂ ਨੂੰ ਬੁਖਾਰ ਦੀ ਦਵਾਈ ਦੇ ਦਿੱਤੀ, ਰੇਸ਼ਮ ਦਾਦਾ ਜੀ ਦੇ ਪੈਰਾਂ ਦੀ ਮਾਲਿਸ਼ ਕਰ ਦਿੱਤੀ, ਸੂਰਜ ਦਾਦਾ ਜੀ ਨੂੰ ਖੰਘ ਦੀ ਦਵਾਈ ਪਿਆ ਦਿੱਤੀ, ਤੇ ਨਛੱਤਰ ਬੇਬੇ ਦੇ ਸਿਰ ਵਿੱਚ ਤੇਲ ਚਸ ਦਿੱਤਾ, ਕਹਿੰਦੇ ਸੀ ਸਿਰ ਦਰਦ ਕਰਦਾ। ਸ਼ਾਬਾਸ਼। ਹੁਣ ਜਸਵੀਰ ਮਾਤਾ ਜੀ ਦੀ ਬਾਂਹ ਘੁੱਟਦੇ ਦਰਦ ਹੁੰਦੀ ਉਹਨਾਂ ਦੇ? ਠੀਕ ਹੈ। ਕਿ ਮੈਂ ਸਾਹਿਬ ਜੋਤ ਨੂੰ ਦੁੱਧ ਪਿਲਾ ਕੇ ਆਉਣੀ, ਉਹਨੂੰ ਭੁੱਖ ਲੱਗੀ। ਤੇਰੀ ਸੇਵਾ ਸੋ ਕਰ, ਤੇਰੀ ਸੇਵਾ ਸੋ ਕਰ, ਜਿਸ ਨੂੰ ਲੈ ਤੂੰ ਲਾਈ, ਜਿਸ ਨੂੰ ਲੈ ਤੂੰ ਲਾਈ। ਹੁਣ ਆਲੂ ਵੇਂਗਣੇ ਸਬਜ਼ੀ ਬਣਾਈਏ, ਸ਼ਾਮ ਨੂੰ ਕਾਹਦੀ ਬਣਾਈਏ ਮਾਤਾ ਜੀ? ਐਂ ਕਰਿਓ ਪੁੱਤ, ਆਥਣ ਵੇਲੇ ਹਲਵਾ ਕੱਦੂ ਬਣਾ ਲਿਓ, ਮੇਥਰਿਆਂ ਦਾ ਤੜਕਾ ਲਾ ਕੇ, ਸੁਬਹ ਨਾਲ ਤਾਜ਼ੀਆਂ ਤੋਰੀਆਂ ਤੜਾ ਲੈਣੀਆਂ, ਦੁੱਧ ਪਾ ਕੇ ਬਣਾਉਣੀਆਂ, ਬਥੇਰੀਆਂ ਮੱਝਾਂ ਰੱਖੀਆਂ ਤੁਹਾਡੇ ਬਾਪੂ ਨੇ, ਤੇ ਸਾਰੀ ਸੰਗਤ ਨੂੰ ਲੱਸੀ ਪਿਆਉਣੀ। ਗਰਮੀ ਹੈ ਨਾ, ਤੋਰੀਆਂ ਸਾਰਿਆਂ ਨੂੰ ਸਵਾਦ ਵੀ ਬੜੀਆਂ ਲੱਗਦੀਆਂ ਮਾਤਾ ਜੀ। ਪੁੱਤ, ਸਿਮਰਨ ਕਰਕੇ ਜੋ ਬਣਦੀਆਂ, ਜਦੋਂ ਸਿਮਰਨ ਕਰਕੇ ਬਣਦੀਆਂ ਨੇ ਨਾ, ਉਹ ਭੋਜਨ ਭੋਜਨ ਨਹੀਂ ਰਹਿੰਦਾ, ਉਹ ਗੁਰ ਪ੍ਰਸ਼ਾਦ ਬਣ ਜਾਂਦਾ, ਤੇ ਪ੍ਰਸ਼ਾਦ ਤਾਂ ਸਾਰਿਆਂ ਨੂੰ ਸਵਾਦ ਲੱਗਦਾ ਹੀ ਹੈ।
ਨਾਲੇ ਤਨ ਦੀ ਖੁਰਾਕ ਮਿਲ ਜਾਂਦੀ ਨਾਲੇ ਮਨ ਦੀ ਮਿਲ ਜਾਂਦੀ ਮੈਂ ਆਖਦਾ ਗੁਰਮੁਖਾਂ ਨੂੰ ਫਿਰ ਸਵੇਰੇ ਤੋਰੀਆਂ ਤੋੜ ਲੈਣੀ ਆਖਦੇ ਪੁੱਤ ਤੋੜ ਲਿਆ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੂ ਪਾਇਓ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੂ ਪਾਇਓ ਤਿਨ ਹੀ ਪ੍ਰਭੂ ਪਾਇਓ ਤਿਨ ਹੀ ਪ੍ਰਭੂ ਪਾਇਓ ਬੇਬੇ ਜੀ ਬਾਪੂ ਜੀ ਤੁਸੀਂ ਉਦਾਸ ਕਿਉਂ ਘਰ ਦੀ ਯਾਦ ਆਉਂਦੀ ਹੈ ਬੇਬੇ ਜੀ ਘਰ ਹੋਵੇ ਤੇ ਯਾਦ ਆਵੇ ਪੁੱਤ ਫਿਰ ਘਰਦਿਆਂ ਦੀ ਯਾਦ ਆਉਂਦੀ ਹੈ ਨਹੀਂ ਕੋਈ ਨਹੀਂ ਹੈ ਸਾਡਾ ਕੋਈ ਨਹੀਂ ਯਾਦ ਆਉਂਦਾ ਸਾਨੂੰ ਏਦਾਂ ਨਹੀਂ ਕਹੀਦਾ ਜਿਹਦਾ ਕੋਈ ਨਹੀਂ ਹੁੰਦਾ ਉਹਦਾ ਵਾਹਿਗੁਰੂ ਹੁੰਦਾ ਤੇ ਮੈਂ ਹਾਂ ਨਾ ਤੁਹਾਡੇ ਕੋਲ ਤੁਹਾਡੀ ਬੇਟੀ ਏਕਮਜੋਤ ਕੀ ਗੱਲਾਂ ਕਰ ਰਹੀ ਹੈ ਬੇਟੀ ਸਾਡੀ ਤੁਹਾਡੀ ਬੇਟੀ ਹੈ ਇਹ ਤਾਂ ਸਾਰਿਆਂ ਦੀ ਬੇਟੀ ਹੈ ਮਾਤਾ ਜੀ ਤੇ ਸਾਰਿਆਂ ਦੇ ਬੇਟੇ ਮੇਰੇ ਪਾਪਾ ਭਾਈ ਦਲਬੀਰ ਸਿੰਘ ਜੀ ਆ ਤੁਹਾਡੇ ਪਾਪਾ ਨੇ ਤੇ ਸਾਡੇ ਪਿਆਰੇ ਪਿਆਰੇ ਭੂਆ ਜੀ ਸੁਖਦੀਪ ਕੌਰ ਪਾਪਾ ਨੇ ਇਹਨਾਂ ਦੇ ਨਾਮ ਤੇ ਹੀ ਸੁਖ ਨਿਵਾਸ ਬਣਾਇਆ ਹੈ ਇਹ ਸਾਡੇ ਭੈਣ ਜੀ ਤੇ ਬੜੀ ਕਿਰਪਾ ਹੈ ਵਾਹਿਗੁਰੂ ਜੀ ਦੀ ਬਜ਼ੁਰਗਾਂ ਦੀ ਸੇਵਾ ਕਰਕੇ ਇਹਨਾਂ ਨੂੰ ਬੜਾ ਹੀ ਆਨੰਦ ਆਉਂਦਾ ਹੈ ਇਹਨਾਂ ਨੇ ਇੱਕ ਵਾਰੀ ਬਚਨ ਕੀਤੇ ਤੇ ਵਾਹਿਗੁਰੂ ਜੀ ਨੇ ਪੂਰੇ ਕਰ ਦਿੱਤੇ ਇਹਨਾਂ ਹੀ ਸਾਨੂੰ ਸਾਰਿਆਂ ਨੂੰ ਜੋੜਿਆ ਇਸ ਪਾਸੇ ਧੰਨ ਹੈ ਧੀਏ ਤੂੰ ਤੂੰ ਏਡਾ ਵੱਡਾ ਕੰਮ ਕਰ ਰਹੀ ਹੈ ਬਾਪੂ ਜੀ ਮੈਂ ਨਹੀਂ ਕਰਦੀ ਕੁਛ ਵੀ ਸਭ ਕੁਛ ਸਾਡੇ ਵੀਰ ਜੀ ਕਰਦੇ ਨੇ ਮੈਨੂੰ ਤਾਂ ਐਵੇਂ ਵਡਿਆਈ ਬਖਸ਼ਦੇ ਨੇ ਭੂਆ ਜੀ ਇਹਨਾਂ ਨੂੰ ਕਹੋ ਖੁਸ਼ ਰਿਹਾ ਕਰਨ ਇਹ ਵਾਲੇ ਦਾਦਾ ਜੀ ਨੂੰ ਖੁਸ਼ ਤਾਂ ਹੋ ਗਏ ਪੁੱਤ ਜਿਨ੍ਹਾਂ ਨੂੰ ਤੁਹਾਡੇ ਵਰਗੇ ਬੱਚੇ ਮਿਲ ਗਏ ਤੇ ਸਾਨੂੰ ਆਪ ਜੀ ਵਰਗੇ ਮਾਤਾ ਪਿਤਾ ਜੀ ਛੋਟੇ ਹੁੰਦਿਆਂ ਸਾਡੇ ਦਾਦਾ ਦਾਦੀ ਜੀ ਪੂਰੇ ਉਹਨਾਂ ਦਾ ਪਿਆਰ ਹਾਸਲ ਨਹੀਂ ਕਰ ਸਕਦੇ ਬੜੀ ਮਨ ਵਿੱਚ ਰੀਸ ਕਿ ਅੱਜ ਉਹ ਜਿਉਂਦੇ ਹੁੰਦੇ ਅਸੀਂ ਰੱਜ ਕੇ ਉਹਨਾਂ ਦੀ ਸੇਵਾ ਕਰ ਪਰ ਮਹਾਰਾਜ ਨੇ ਸਾਡੀਆਂ ਸਾਰੀਆਂ ਝੋਲੀਆਂ ਭਰ ਦਿੱਤੀਆਂ ਆਪ ਜੀ ਨੂੰ ਮਿਲਾ ਕੇ ਉਹ ਪਿਆਰ ਸਾਨੂੰ ਮਿਲ ਗਿਆ ਮਹਾਰਾਜ ਨੇ ਇੱਕ ਲੈ ਕੇ ਸੈਂਕੜੇ ਬਖਸ਼ਿਸ਼ ਕਰ ਦਿੱਤੇ ਧੰਨ ਹੈ ਉਹ ਧੰਨ ਹੈ ਵਾਕਿਆ ਹੀ ਧੰਨ ਹੈ ਉਹ ਜਿਨ੍ਹਾਂ ਤੁਹਾਡੇ ਵਰਗੇ ਇਨਸਾਨ ਪੈਦਾ ਕੀਤੇ ਸ਼ਾਇਦ ਤੁਹਾਡੇ ਵਰਗੀਆਂ ਦਰਵੇਸ਼ ਰੂਹਾਂ ਦੇ ਕਾਰਨ ਹੀ ਧਰਤੀ ਖੜੀ ਹੈ ਨਹੀਂ ਤਾਂ ਧਰਤੀ ਕਦੋਂ ਦੀ ਗਰਕ ਹੋ ਗਈ ਹੁੰਦੀ ਤੁਹਾਨੂੰ ਵੇਖ ਕੇ ਪੁੱਤ ਸਾਡੀ ਰੂਹ ਖਿੜ ਜਾਂਦੀ ਆ ਵਾਹਿਗੁਰੂ ਜੀ ਇੱਦਾਂ ਦੇ ਬੱਚੇ ਪੈਦਾ ਕੀਤੇ ਤੂੰ ਸਾਡੇ ਨਾਲ ਪਿਆਰ ਕਰਦੇ ਆ ਇਹ ਜੀ ਤੁਸੀਂ ਕਿੱਥੋਂ ਸਿੱਖਿਆ ਜੀ ਸਭ ਕੁਛ ਇਹ ਸਭ ਕੁਛ ਅਸੀਂ ਗੁਰਬਾਣੀ ਗੁਰੂ ਤੋਂ ਸਿੱਖਿਆ ਹੈ ਗੁਰਬਾਣੀ ਗੁਰੂ ਸਾਨੂੰ ਸਮਝਾਉਂਦੇ ਆ ਸਾਰਿਆਂ ਨਾਲ ਪਿਆਰ ਕਰਨਾ ਤੇ ਪਰਮਾਤਮਾ ਦੇ ਦੋ ਹੀ ਰੂਪ ਨੇ ਇੱਕ ਨਿਰਗੁਣ ਤੇ ਇੱਕ ਸਰਗੁਣ ਨਿਰਗੁਣ ਜੋ ਦਿਖਾਈ ਨਹੀਂ ਦਿੰਦਾ ਜਿਹਨੂੰ ਅਦ੍ਰਿਸ਼ਟ ਕਹਿੰਦੇ ਆ ਅਤੇ ਸਰਗੁਣ ਜੋ ਦਿਖਾਈ ਦਿੰਦਾ ਆ ਜਿਸ ਨੂੰ ਦ੍ਰਿਸ਼ਟਮਾਨ ਕਹਿੰਦੇ ਆ ਅਤੇ ਸਾਰਿਆਂ ਦੇ ਵਿੱਚ ਪਰਮਾਤਮਾ ਵੱਸਦਾ ਹੈ ਅਤੇ ਸਾਰਿਆਂ ਨੂੰ ਪਰਮਾਤਮਾ ਨੇ ਪੈਦਾ ਕੀਤਾ ਹੈ ਅਤੇ ਜਿਸ ਦੇ ਸੰਬੰਧ ਵਿੱਚ ਗੁਰੂ ਸਾਹਿਬ ਫਰਮਾਉਂਦੇ ਨੇ ਸਭ ਘਟ ਮੇਰੇ ਹੋਂ ਸਭਨਾ ਅੰਦਰ ਜਿਸੇ ਖੁਆਈ ਤਿਸ ਕੌਣ ਕਹੇ ਜਿਸੇ ਦਿਖਾਲਾਂ ਵਾਟੜੀ ਤਿਸੇ ਭੁਲਾਵੇ ਕੌਣ ਅਤੇ ਜੇ ਪਰਮਾਤਮਾ ਸਾਰਿਆਂ ਦੇ ਅੰਦਰ ਵੱਸਦਾ ਹੈ ਜੇ ਅਸੀਂ ਸਾਰਿਆਂ ਨੂੰ ਪਿਆਰ ਕਰਾਂਗੇ ਤਾਂ ਕਿਹਨੂੰ ਪਿਆਰ ਕਰਾਂਗੇ ਪਰਮਾਤਮਾ ਨੂੰ ਅਤੇ ਗੁਰੂ ਸਾਹਿਬ ਸਮਝਾਉਂਦੇ ਨੇ ਜੇ ਤੁਸੀਂ ਪਰਮਾਤਮਾ ਨੂੰ ਮਿਲਣਾ ਚਾਹੁੰਦੇ ਹੋ ਤਾਂ ਹਰੇਕ ਨਾਲ ਪਿਆਰ ਕਰੋ ਜੋ ਫਰਮਾਉਂਦੇ ਆ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਜੇ ਅਸੀਂ ਸਾਰਿਆਂ ਨੂੰ ਪਿਆਰ ਕਰਾਂਗੇ ਤਾਂ ਅਸੀਂ ਪਰਮਾਤਮਾ ਨੂੰ ਮਿਲ ਲਵਾਂਗੇ ਪਰ ਉਹਨਾਂ ਨੂੰ ਇਹ ਗੱਲ ਕੌਣ ਸਮਝਾਵੇ ਪੁੱਤ ਜਿਹੜੇ ਘਰੋਂ ਬਾਹਰ ਮਾਪਿਆਂ ਨੂੰ ਕੱਢ ਦਿੰਦੇ ਨੇ ਦਾਦਾ ਜੀ ਤੁਹਾਨੂੰ ਕਿਹਾ ਸੀ ਨਾ ਉਦਾਸ ਨਹੀਂ ਹੋਣਾ ਪੁੱਤ ਹੁਣ ਨਹੀਂ ਹੁੰਦਾ ਤੂੰ ਹਰ ਰੋਜ਼ ਮਿਲ ਜਾਇਆ ਕਰ ਮੇਰੀ ਬੱਚੀ ਮੈਨੂੰ ਪ੍ਰੇਮ ਕੀਓ ਤੇ ਨਹੀਂ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਗੁਰੂ ਸਾਹਿਬ ਫਰਮਾਉਂਦੇ ਨੇ, ਮਾਤ ਪਿਤਾ ਬਨਿੱਤਾ ਸੁਤਬੰਧਪ ਇਸ਼ਟ ਮੀਤ ਔਰ ਭਾਈ, ਪੂਰਬ ਜਨਮ ਕੇ ਮਿਲੇ ਸੰਜੋਗੀ, ਅੰਤਹਿ ਕੋਇ ਨਾ ਸਹਾਈ। ਮਹਾਰਾਜ ਗੁਰਬਾਣੀ ਵਿੱਚ ਸਾਨੂੰ ਭੇਦ ਦਿੰਦੇ ਨੇ, ਮਾਤਾ ਪਿਤਾ, ਭੈਣ ਭਰਾ, ਰਿਸ਼ਤੇਦਾਰ, ਪੁੱਤਰ, ਹੋਰ ਸਾਖ ਸੰਬੰਧੀ, ਇਹ ਪਿਛਲੇ ਜਨਮਾਂ ਦੇ ਵਿਛੜੇ ਮਿਲਦੇ ਨੇ। ਅਤੇ ਫਿਰ ਮਹਾਰਾਜ ਕਹਿੰਦੇ, ਅੰਤ ਸਮੇਂ ਕਿਸੇ ਨੇ ਕਿਸੇ ਦਾ ਸਾਥ ਨਹੀਂ ਦੇਣਾ। ਜੋ ਅਸੀਂ ਆਕਾਰ ਲੈ ਕੇ ਸੰਸਾਰ ਵਿੱਚ ਆਉਂਦੇ ਹਾਂ, ਇਹ ਮਾਤਾ ਪਿਤਾ ਦੇ ਸੰਯੋਗ ਦੁਆਰਾ ਸਾਡਾ ਆਕਾਰ ਅਕਾਲ ਪੁਰਖ ਤਿਆਰ ਕਰਦੇ ਨੇ। ਇਹ ਆਕਾਰ ਲੈ ਕੇ ਅਸੀਂ ਸੰਸਾਰ ਵਿੱਚ ਆਉਂਦੇ ਹਾਂ ਅਤੇ ਸੰਸਾਰ ਵਿੱਚ ਆਉਂਦਿਆਂ ਸਾਨੂੰ ਸਵਾਸਾਂ ਦਾ ਭੰਡਾਰਾ ਦਿੱਤਾ ਜਾਂਦਾ ਹੈ। ਜੋ ਸਵਾਸਾਂ ਦਾ ਭੰਡਾਰਾ ਨਿਸ਼ਚਿਤ ਹੈ, ਗੁਰੂ ਸਾਹਿਬ ਗੁਰਬਾਣੀ 'ਚ ਫਰਮਾਉਂਦੇ ਨੇ, ਗਿਣ ਘਾਲੇ ਸਭ ਦਿਵਸ ਸਾਸ ਨੈ ਬੜਨ ਘਟਨ ਤਿਲਸਾਰ। ਜੋ ਅਕਾਲ ਪੁਰਖ ਨਿਰੰਕਾਰ ਵੱਲੋਂ ਸਾਨੂੰ ਸਵਾਸਾਂ ਦਾ ਭੰਡਾਰਾ ਦਿੱਤਾ ਜਾਂਦਾ ਹੈ, ਇਹ ਤਿਲ ਭਰ ਵਧਣਾ ਘਟਣਾ ਨਹੀਂ। ਜਿੰਨੇ ਸਾਨੂੰ ਸਵਾਸ ਮਾਲਕ ਨੇ ਬਖਸ਼ੇ ਹਨ, ਅਸੀਂ ਉਨੇ ਸਵਾਸ ਲੈਣੇ ਨੇ। ਅਤੇ ਜਦੋਂ ਅਸੀਂ ਇਸ ਆਕਾਰ ਵਿੱਚ ਆਉਂਦੇ ਹਾਂ, ਉਸ ਵਕਤ ਸਾਡਾ ਨਾਮ ਨਾਲੋਂ ਲਿਵ ਟੁੱਟ ਜਾਂਦੀ ਹੈ। ਜਦੋਂ ਸਾਡੀ ਨਾਮ ਨਾਲੋਂ ਲਿਵ ਟੁੱਟਦੀ ਹੈ, ਅਸੀਂ ਆਪਣਾ ਸਾਰਾ ਪਿਛੋਕੜ ਭੁੱਲ ਜਾਂਦੇ ਹਾਂ। ਅਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਨੇ ਕਿ ਜਿਹੜੇ ਤੁਹਾਨੂੰ ਸਵਾਸ ਦਿੱਤੇ ਗਏ ਨੇ, ਇਹ ਸਵਾਸ ਬਚਪਨ ਦੇ ਵਿੱਚ, ਜਵਾਨੀ ਦੇ ਵਿੱਚ, ਬਿਰਧ ਅਵਸਥਾ ਵਿੱਚ, ਕਿਸੇ ਵੀ ਸਮੇਂ ਮਾਲਕ ਤੁਹਾਨੂੰ ਬੁਲਾ ਸਕਦਾ ਹੈ। ਤੁਹਾਡੇ ਸਵਾਸ ਇਹ ਖਤਮ ਹੋ ਸਕਦੇ ਹਨ। ਗੁਰਬਾਣੀ ਗੁਰੂ ਦਾ ਫਰਮਾਨ ਹੈ, ਗੱਗਾ ਗੋਬਿੰਦ ਗੁਣ ਰਹੋ, ਸਾਸ ਸਾਸ ਜਪਨੀਤ, ਕਹਾਂ ਬਿਸਾਸਾ ਦੇਹ ਕਾ ਬਿਲਮ ਨਾ ਕਰਹੋ ਮੀਤ, ਨਹਿ ਬਾਰਕ ਨਹਿ ਜੋਬਨੇ, ਨਹਿ ਬਿਰਦੀ ਕਸ਼ਬੰਧ, ਉਹ ਬੇਰਾ ਨਾ ਬੁੱਝੀਏ, ਆਏ ਪਰੇ ਜਮ ਫੰਦ। ਅਤੇ ਜਦੋਂ ਅਸੀਂ ਸੰਸਾਰ ਵਿੱਚ ਆ ਜਾਂਦੇ ਹਾਂ, ਸਾਡਾ ਮਾਇਆ ਨਾਲ ਪਿਆਰ ਪੈ ਜਾਂਦਾ ਹੈ, ਪਿਛੋਕੜ ਭੁੱਲ ਜਾਂਦੇ ਹਾਂ, ਨਾਮ ਨੂੰ ਭੁੱਲ ਜਾਂਦੇ ਹਾਂ, ਸੱਚ ਨੂੰ ਭੁੱਲ ਜਾਂਦੇ ਹਾਂ। ਅਤੇ ਮਹਾਰਾਜ ਸੱਚੇ ਪਾਤਸ਼ਾਹ ਫਿਰ ਦੱਸਦੇ ਨੇ ਕਿ ਅਸੀਂ ਮਾਇਆ ਦੇ ਦਾਇਰੇ ਵਿੱਚ ਆਉਣ ਕਰਕੇ ਦੁਬਧਾ ਵਿੱਚ ਚਲੇ ਜਾਂਦੇ ਹਾਂ। ਐਸੀ ਦੁਬਧਾ ਖੜੀ ਹੋ ਜਾਂਦੀ ਹੈ, ਐਸੀ ਸਾਡੇ ਅੰਦਰ ਨਫ਼ਰਤ ਪੈਦਾ ਹੋ ਜਾਂਦੀ ਹੈ ਕਿ ਜਿਸ ਮਾਤਾ ਪਿਤਾ ਨੇ ਸਾਨੂੰ ਜਨਮ ਦਿੱਤਾ, ਅਸੀਂ ਉਸ ਮਾਤਾ ਪਿਤਾ ਨਾਲ ਹੀ ਵੈਰ ਵਿਰੋਧ ਕਰਨ ਲੱਗ ਪੈਂਦੇ ਹਾਂ। ਅਤੇ ਮਹਾਰਾਜ ਫਿਰ ਸਮਝਾਉਂਦੇ ਨੇ ਕਿ ਜੋ ਤੁਹਾਨੂੰ ਇਹ ਜਨਮ ਬਖਸ਼ਿਸ਼ ਹੋਇਆ ਹੈ, ਇਹ ਮਾਨ ਸਜਾਮਾ ਬਖਸ਼ਿਸ਼ ਹੋਇਆ ਹੈ, ਇਹ ਪਰਮਾਤਮਾ ਨੂੰ ਮਿਲਣ ਵਾਸਤੇ, ਲੇਕਿਨ ਅਸੀਂ ਸੰਗਤ ਨਾ ਕਰਨ ਕਰਕੇ, ਸੋਝੀ ਨਾ ਲੈਣ ਕਰਕੇ ਇਹ ਜਨਮ ਦੁਬਧਾ ਵਿੱਚ ਖੋ ਕੇ ਚਲੇ ਜਾਂਦੇ ਹਾਂ। ਗੁਰਬਾਣੀ ਗੁਰੂ ਦਾ ਫਰਮਾਨ ਹੈ, ਜਨਮ ਪਦਾਰਥ ਦੁਬਧਾ ਖੋਵੈ, ਆਪ ਨਾ ਚੀਨਸ ਭਰਮ ਭਰਮ ਰੋਵੈ। ਨਾ ਭੇਦ ਹੁੰਦਿਆਂ ਹੋਇਆਂ ਇਹ ਜਨਮ ਵਿਅਰਥ ਗਵਾ ਦਿੰਦੇ ਹਾਂ। ਅਤੇ ਫਿਰ ਗੁਰੂ ਸਾਹਿਬ ਦੱਸਦੇ ਨੇ ਕਿ ਇਹ ਜਿਹੜਾ ਸਾਡੇ ਮਨ ਵਿੱਚ ਕਲੇਸ਼ ਹੈ, ਤਨ ਵਿੱਚ ਕਲੇਸ਼ ਹੈ, ਇਸ ਦਾ ਕੀ ਕਾਰਨ ਹੈ? ਗੁਰੂ ਸਾਹਿਬ ਫਰਮਾਉਂਦੇ ਨੇ ਕਿ ਸਾਡਾ ਜਿਹੜਾ ਮਨ ਹੈ, ਇਹ ਪੰਜ ਦੂਤਾਂ ਦੇ ਵੱਸ ਹੋ ਜਾਂਦਾ ਹੈ, ਜੋ ਹਰ ਘਰ ਵਿੱਚ ਧੜੇ ਬਣਾ ਦਿੰਦੇ ਨੇ। ਇਹ ਪੰਜਾਂ ਕਰਕੇ ਹੀ ਅਸੀਂ ਮਾਇਆ ਦੇ ਦੇਸ਼ ਵਿੱਚ ਹੋਣ ਕਰਕੇ ਧੜਿਆਂ ਵਿੱਚ ਵੰਡੇ ਜਾਂਦੇ ਹਾਂ। ਮਹਾਰਾਜ ਫਿਰ ਗੁਰਬਾਣੀ ਵਿੱਚ ਫਰਮਾਉਂਦੇ ਨੇ ਕਿ ਇਹ ਪੰਜਾਂ ਤੋਂ ਕਿਵੇਂ ਛੁਟਕਾਰਾ ਮਿਲ ਸਕਦਾ ਹੈ, ਕਿਵੇਂ ਅਸੀਂ ਸ਼ਾਂਤੀ ਲੈ ਸਕਦੇ ਹਾਂ। ਅਤੇ ਮਹਾਰਾਜ ਕਹਿੰਦੇ, ਜਿਹੜਾ ਮਨ ਵਿੱਚ ਕਲੇਸ਼ ਹੈ, ਇਸ ਨੂੰ ਦੂਰ ਕਰਨ ਵਾਸਤੇ ਸਿਮਰਨ ਹੈ। ਗੁਰਬਾਣੀ ਗੁਰੂ ਦਾ ਫਰਮਾਨ ਹੈ, ਸਿਮਰੋ ਸਿਮਰ ਸਿਮਰ ਸੁੱਖ ਪਾਵੋ,
ਕੱਲ ਕਲੇਸ਼ ਤਨ ਮਾਹੇ ਮਟਾਓ। ਜੇ ਪਰਿਵਾਰ ਦੇ ਵਿੱਚ ਝਗੜਾ ਹੈ ਤਾਂ ਮਹਾਰਾਜ ਫਿਰ ਫਰਮਾਉਂਦੇ ਹਨ ਕਿ ਸਾਰਾ ਪਰਿਵਾਰ ਮਿਲ ਕੇ ਇਕੱਤਰ ਹੋ ਕੇ ਸਿਮਰਨ ਕਰੋ, ਫਿਰ ਤੁਹਾਡੀ ਇੱਕ ਮੱਤ ਹੋ ਜਾਏਗੀ, ਵਿਚਾਰਾਂ ਦਾ ਟਕਰਾਅ ਖਤਮ ਹੋ ਜਾਏਗਾ। ਗੁਰਬਾਣੀ ਗੁਰੂ ਦਾ ਫਰਮਾਨ ਹੈ, ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਧਾ ਦੂਰ ਕਰੋ ਲਿਵਲਾਏ, ਹਰ ਨਾਮੇ ਕੇ ਹੋਵੋ ਜੋੜੀ, ਗੁਰਮੁਖ ਬੈਸੋ ਸਫਾ ਵਿਛਾਏ। ਫਿਰ ਮਹਾਰਾਜ ਨੇ ਸਾਨੂੰ ਇਹ ਵਿਧੀ ਦੱਸੀ ਕਿ ਸੰਗਤ ਕਰਕੇ ਅਸੀਂ ਕਿਸ ਤਰੀਕੇ ਨਾਲ ਗੁਰੂ ਦੀ ਮੱਤ ਲੈ ਕੇ ਇਕੱਠੇ ਹੋ ਕੇ ਸਿਮਰਨ ਕਰਨਾ ਹੈ। ਅਤੇ ਜੇ ਅਸੀਂ ਸੰਗਤ ਨਹੀਂ ਕਰਦੇ, ਸਿਮਰਨ ਨਹੀਂ ਕਰਦੇ, ਤਾਂ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਭੇਜ ਦੇ ਰਹੇ ਹਨ ਕਿ ਸਾਡੀ ਅਵਸਥਾ ਕੀ ਹੈ। ਗੁਰੂ ਸਾਹਿਬ ਫਰਮਾਉਂਦੇ ਨੇ, ਬਿਨ ਸੰਗਤੀ ਸਭ ਐਸੇ ਰਹਿ, ਜੈਸੇ ਪਸ਼ੂ ਢੋਰ, ਜਿਨ ਕੀਤੀ ਤਿਸੇ ਨਾ ਜਾਣਨੀ, ਬਿਨ ਨਾਵੇਂ ਸਭ ਚੋਰ। ਕਿ ਜਿਸ ਮਾਲਕ ਨੇ ਤੁਹਾਨੂੰ ਇੱਥੇ ਭੇਜਿਆ ਹੈ, ਜੇ ਉਸਦੀ ਪਹਿਚਾਣ ਨਹੀਂ ਕੀਤੀ, ਨਾਮ ਦਾ ਭੇਦ ਨਹੀਂ ਆਇਆ, ਤਾਂ ਫਿਰ ਮਹਾਰਾਜ ਕਹਿੰਦੇ ਤੁਸੀਂ ਚੋਰ ਆ। ਹੁਣ ਮਹਾਰਾਜ ਨੇ ਗੁਰਬਾਣੀ ਦੇ ਵਿੱਚ ਸਾਨੂੰ ਸਮਝਾਇਆ ਆ ਕਿ ਕਿਵੇਂ ਅਸੀਂ ਸੰਗਤ ਕਰਕੇ ਇਹ ਜੀਵਨ ਦਾ ਲਾਹਾ ਖੱਟਣਾ ਹੈ। ਅਤੇ ਜਦੋਂ ਅਸੀਂ ਸੰਗਤ ਕਰਾਂਗੇ ਤਾਂ ਸੰਗਤ ਵਿੱਚ ਸਾਨੂੰ ਜੀਵਨ ਦੀ ਜੁਗਤ ਆਉਂਦੀ ਹੈ। ਗੁਰਬਾਣੀ ਗੁਰੂ ਦਾ ਫਰਮਾਨ ਹੈ, ਮੱਤ ਵਿੱਚ ਮਰਨ ਜੀਵਨ ਹੋਰ ਕੈਸਾ, ਜਾਂ ਜੀਵਾਂ 'ਤੇ ਜੁਗਤ ਨਾਹੀਂ। ਸਾਨੂੰ ਇੰਨਾ ਤਾਂ ਪਤਾ ਲੱਗ ਗਿਆ ਕਿ ਅਸੀਂ ਸੰਸਾਰ ਵਿੱਚ ਆ ਗਏ, ਸੰਸਾਰ ਵਿੱਚ ਆ ਕੇ ਫਿਰ ਅਸੀਂ ਚਲੇ ਜਾਣਾ ਹੈ, ਲੇਕਿਨ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਅਸੀਂ ਜੀਵਨ ਦੀ ਜੁਗਤ ਭੁੱਲ ਗਏ, ਆਪਣੀ ਮੱਤ ਮੁਤਾਬਕ ਜੀਵਨ ਦੀ ਜੁਗਤ ਅਪਣਾ ਲਈ, ਜਿਸ ਕਰਕੇ ਦੁਖੀ ਹੋਣ ਲੱਗੇ। ਅਤੇ ਮਹਾਰਾਜ ਫਿਰ ਦੱਸਦੇ ਨੇ ਕਿ ਜਦੋਂ ਅਸੀਂ ਸੰਗਤ ਕਰਾਂਗੇ, ਗੁਰੂ ਦੀ ਮੱਤ ਲਾਂਗੇ, ਤਾਂ ਸਾਨੂੰ ਜੀਵਨ ਦੀ ਜੁਗਤ ਆਏਗੀ। ਫਿਰ ਗੁਰੂ ਸਾਹਿਬ ਸਾਨੂੰ ਸਮਝਾ ਰਹੇ ਨੇ ਕਿ ਸਭਨਾ ਕਾ ਸਹ ਏਕ ਹੈ, ਸਦ ਹੀ ਰਹੇ ਹਜੂਰ, ਨਾਨਕ ਹੁਕਮ ਨਾ ਮੰਨਈ ਤਾਂ ਘਰ ਹੀ ਅੰਦਰ ਦੂਰ। ਕਹਿੰਦੇ ਕਿ ਸਾਰਿਆਂ ਦਾ ਸਹੋ ਪਰਮਾਤਮਾ ਹੈ, ਜਿਹੜਾ ਮਨ ਹੁਕਮ ਤੋਂ ਆਕੀ ਹੋ ਜਾਂਦਾ ਹੈ ਉਹ ਪਰਮਾਤਮਾ ਤੋਂ ਦੂਰ ਹੋ ਜਾਂਦਾ ਹੈ। ਜਦੋਂ ਮਾਤਾ ਪਿਤਾ ਬੱਚੇ ਲਈ ਘਰ ਬਣਾਉਂਦੇ ਨੇ ਉਸ ਵਿੱਚ ਸੁੱਖ ਸਹੂਲਤਾਂ ਰੱਖਦੇ ਨੇ, ਅਤੇ ਜੇ ਮਾਤਾ ਪਿਤਾ ਦਾ ਬੱਚਾ ਆਖਾ ਨਾ ਮੰਨੇ ਤਾਂ ਫਿਰ ਹੁਕਮ ਤੋਂ ਆਕੀ ਹੋ ਜਾਂਦਾ ਹੈ, ਇੱਕ ਘਰ ਦੇ ਵਿੱਚ ਰਹਿੰਦਿਆਂ ਦੂਰੀ ਪੈ ਜਾਂਦੀ ਹੈ। ਇਸੇ ਤਰ੍ਹਾਂ ਉਹ ਪਰਮਾਤਮਾ ਅਕਾਲ ਪੁਰਖ ਸਾਡੇ ਅੰਦਰ ਵੱਸਦਾ ਹੈ, ਲੇਕਿਨ ਮਨ ਹੁਕਮ ਨਾ ਮੰਨਣ ਕਰਕੇ ਅਕਾਲ ਪੁਰਖ ਤੋਂ ਦੂਰ ਹੋ ਗਿਆ ਹੈ। ਅਤੇ ਮਹਾਰਾਜ ਸੱਚੇ ਪਾਤਸ਼ਾਹ ਹੁਣ ਆਪਾਂ ਨੂੰ ਸਮਝਾ ਰਹੇ ਨੇ ਕਿ ਕਿਵੇਂ ਮਨ ਨੇ ਹੁਕਮ ਵਿੱਚ ਆਉਣਾ ਹੈ, ਅਤੇ ਜੋ ਸੁੱਖ ਸਹੂਲਤਾਂ ਇਸ ਦੇ ਵਾਸਤੇ ਅਕਾਲ ਪੁਰਖ ਨੇ ਰੱਖੀਆਂ ਨੇ, ਕਿਹੜਾ ਮਨ ਦਾ ਘਰ ਬਣਾਇਆ ਹੈ ਉਹ ਫਿਰ ਗੁਰੂ ਸਾਹਿਬ ਸਾਨੂੰ ਦੱਸ ਰਹੇ ਨੇ। ਮਨ ਦਾ ਘਰ ਹੈ ਥਿਰ ਘਰ, ਨਿੱਜ ਮਹਿਲ, ਦਸਵਾਂ ਦੁਆਰ, ਜਿਸ ਨੂੰ ਗੁਰਦੁਆਰਾ ਮੰਦਰ ਗੁਰਬਾਣੀ ਵਿੱਚ ਕਿਹਾ ਹੈ। ਮਹਾਰਾਜ ਫਿਰ ਸੱਚੇ ਪਾਤਸ਼ਾਹ ਦੱਸਦੇ ਨੇ ਕਿ ਮਨ ਵਾਸਤੇ ਅਕਾਲ ਪੁਰਖ ਨੇ ਖੁਰਾਕ ਵੀ ਰੱਖੀ ਹੈ, ਜਿਸ ਨੂੰ ਹਰ ਰਸ ਅੰਮ੍ਰਿਤ ਰਸ ਕਿਹਾ ਗਿਆ ਹੈ, ਲੇਕਿਨ ਅਸੀਂ ਉਸਦਾ ਭੇਦ ਨਾ ਲੈਂਦੇ ਹੋਏ ਤਨ ਦੀ ਖੁਰਾਕ ਵਾਸਤੇ ਹੀ ਆਪਸ ਵਿੱਚ ਲੜੀ ਜਾ ਰਹੇ ਹਾਂ। ਅਤੇ ਮਹਾਰਾਜ ਸੱਚੇ ਪਾਤਸ਼ਾਹ ਫਿਰ ਦੱਸਦੇ ਨੇ ਕਿ ਕਿਵੇਂ ਅਸੀਂ ਇਸ ਜੀਵਨ ਦਾ ਲਾਹਾ ਖੱਟਣਾ ਹੈ। ਗੁਰਮੁਖੋ, ਸਾਰਾ ਸੰਸਾਰ ਤ੍ਰੈ ਗੁਣਾਂ ਦੀ ਅਗਨ ਦੇ ਭਾਂਬੜ ਵਿੱਚ ਮੱਚ ਰਿਹਾ ਹੈ, ਅਤੇ ਜਿਸ ਦੇ ਕਾਰਨ ਕਲੇਸ਼ ਖੜ੍ਹੇ ਹੋਏ ਨੇ ਕਿ ਮਨ ਦਾ ਸੰਤੁਲਨ ਵਿਗੜਿਆ ਹੋਇਆ ਹੈ। ਮਨੁੱਖ ਜਿਹੜਾ ਆ ਉਹ ਕੁਦਰਤ ਦੇ ਨਾਲ ਛੇੜਛਾੜ ਕਰ ਰਿਹਾ ਹੈ, ਅਤੇ ਕੁਦਰਤ ਨੇ ਆਪਣੇ ਬਣਾਏ ਨਿਯਮ ਆਪਣੇ ਮੁਤਾਬਕ ਸਹੀ ਰੱਖੇ ਨੇ। ਜਿਸ ਤਰ੍ਹਾਂ ਕਿਸੇ ਚੀਜ਼ ਦਾ ਸੰਤੁਲਨ ਵਿਗੜਦਾ ਹੈ ਤਾਂ ਪਰਲੋ ਆਉਂਦੀ ਹੈ, ਇਸੇ ਤਰ੍ਹਾਂ ਹੀ ਜਦੋਂ ਸਾਡੇ ਅੰਦਰ ਦਾ ਸੰਤੁਲਨ ਵਿਗੜਦਾ ਹੈ ਤਾਂ ਉਹ ਪਰਲੋ ਅੰਦਰ ਆ ਜਾਂਦੀ ਹੈ। ਇਸੇ ਤਰ੍ਹਾਂ ਜੇ ਬਾਹਰ ਸ੍ਰਿਸ਼ਟੀ ਦਾ ਪੌਣ, ਪਾਣੀ, ਅਗਨੀ, ਪਤਾਲ, ਆਕਾਸ਼ ਦਾ ਸੰਤੁਲਨ ਵਿਗੜਦਾ ਹੈ ਤਾਂ ਬਾਹਰ ਪਰਲੋ ਆ ਜਾਂਦੀ ਹੈ। ਅਤੇ ਮਹਾਰਾਜ ਫਿਰ ਦੱਸਦੇ ਹਨ, ਇਸ ਪਰਲੋ ਤੋਂ ਬਚਣ ਲਈ ਇੱਕ ਨਾਮ ਹੀ ਆਸਰਾ ਹੈ, ਇੱਕ ਨਾਮ ਹੀ ਸਾਡਾ ਸਹਾਰਾ ਬਣ ਸਕਦਾ ਹੈ। ਗੁਰਬਾਣੀ ਗੁਰੂ ਦਾ ਫਰਮਾਨ ਹੈ, ਨਾਮ ਰਹੋ ਸਾਧੂ ਰਹੋ, ਰਹਿਓ ਗੁਰ ਗੋਬਿੰਦ, ਕਹੋ ਨਾਨਕ ਇਸ ਜਗਤ ਮੈਂ ਕਿਨ ਜਪਿਓ ਗੁਰਮੰਤ। ਕਿ ਜੋ ਨਾਮ ਦਾ ਆਸਰਾ ਲਏਗਾ ਸੰਸਾਰ ਵਿੱਚ ਉਹ ਬਚੇਗਾ। ਇਸ ਕਰਕੇ ਗੁਰਮੁਖ ਪਿਆਰਿਓ, ਜੋ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਆ ਕਿ ਕਿਸ ਤਰ੍ਹਾਂ ਤੁਸੀਂ ਦੁਬਧਾ ਤੋਂ, ਦਵੈਤ ਤੋਂ, ਈਰਖਾ ਤੋਂ, ਵੈਰ ਵਿਰੋਧ ਤੋਂ ਉੱਪਰ ਉੱਠ ਸਕਦੇ ਹੋ, ਜਦੋਂ ਅਸੀਂ
ਰਲ ਕੇ ਸਾਰੇ ਸਿਮਰਨ ਕਰਾਂਗੇ ਅਤੇ ਜੋ ਗੁਰੂ ਸਾਹਿਬ ਸਾਨੂੰ ਦੱਸ ਰਹੇ ਨੇ ਭਗਤ ਗੁਰਬਾਣੀ ਦੇ ਵਿੱਚ ਗੁਰੂ ਸਾਹਿਬਾਂ ਨੂੰ ਸਮਝਾ ਰਹੇ ਨੇ ਕਿ ਉਹਨਾਂ ਸੁਹਾਗਣਾਂ ਤੋਂ ਅਸੀਂ ਪੁੱਛਣਾ ਆ ਕਿਵੇਂ ਅਸੀਂ ਪਰਮਾਤਮਾ ਨੂੰ ਮਿਲੀਏ ਅਤੇ ਉਹ ਫਿਰ ਆਪਾਂ ਨੂੰ ਸਮਝਾ ਰਹੇ ਹਾਂ ਅਤੇ ਜਾਏ ਪੁੱਛੋ ਸੁਹਾਗਣੀ ਤੁਸੀਂ ਰਾਵਿਆ ਕਿੰਨੀ ਗੁਣੀ ਕਿ ਕਿਹੜੇ ਗੁਣ ਤੁਸੀਂ ਧਾਰਨ ਕੀਤੇ ਜਿਸ ਕਰਕੇ ਤੁਸੀਂ ਪਰਮਾਤਮਾ ਨੂੰ ਪਾ ਲਿਆ ਫਿਰ ਉਹ ਸਾਨੂੰ ਸਮਝਾਉਂਦੇ ਆ ਦੇ ਸਹਿਜ ਸੰਤੋਖ ਸ਼ਿੰਗਾਰਿਆ ਕਹਿੰਦੇ ਅਸੀਂ ਸ਼ਿੰਗਾਰ ਕੀਤਾ ਸਹਿਜ ਸੰਤੋਖ ਦਾ ਅਤੇ ਮੁੱਖ ਦੁਆਰਾ ਮਿੱਠਾ ਬੋਲਣਾ ਸ਼ੁਰੂ ਕੀਤਾ ਫਿਰ ਦੱਸ ਦਿੰਦੇ ਪੇਰ ਰਸਾਲੂ ਤਾਂ ਮਿਲੇ ਜਾਂ ਗੁਰ ਕਾ ਸ਼ਬਦ ਸੁਣੀ ਪਰਮਾਤਮਾ ਉਸ ਵਕਤ ਮਿਲਦਾ ਹੈ ਜਦੋਂ ਅੰਦਰੋਂ ਅਸੀਂ ਉਸ ਮਾਲਕ ਦੀ ਆਵਾਜ਼ ਸੁਣਦੇ ਹਾਂ ਅਤੇ ਇਸ ਰਸਤੇ 'ਤੇ ਚੱਲਣ ਲਈ ਮਹਾਰਾਜ ਨੇ ਸਾਨੂੰ ਲਿਵ ਦਾ ਰਸਤਾ ਦੱਸਿਆ ਹੈ ਜਿਹਦੇ 'ਚ ਦਇਆ ਨਿਮਰਤਾ ਸਹਿਨਸ਼ੀਲਤਾ ਜਤ ਸਤ ਸੰਤੋਖ ਹੈ ਜਦੋਂ ਅਸੀਂ ਪਰਮਾਤਮਾ ਨੂੰ ਮਿਲਣਾ ਆ ਪਹਿਲਾਂ ਸਾਨੂੰ ਇਹ ਲਿਵ ਦਾ ਰਸਤਾ ਅਖਤਿਆਰ ਕਰਨਾ ਪੈਣਾ ਆ ਫਿਰ ਮਹਾਰਾਜ ਦੱਸਦੇ ਆ ਸਹਿਜ ਅਤੇ ਸੰਤੋਖ ਦਾ ਸ਼ਿੰਗਾਰ ਕਰਾਂਗੇ ਮਿੱਠਾ ਬੋਲਣਾ ਸ਼ੁਰੂ ਕਰਾਂਗੇ ਫਿਰ ਅਸੀਂ ਪਰਮਾਤਮਾ ਦੇ ਘਰ ਨੂੰ ਜਾਵਾਂਗੇ ਜੋ ਅਸੀਂ ਰਸਤਾ ਭੁੱਲਣ ਕਰਕੇ ਗਵਾਰ ਬਣ ਗਏ ਹਾਂ ਜਿਹਨੂੰ ਮਹਾਰਾਜ ਫਰਮਾਉਂਦੇ ਨੇ ਪੰਥਾ ਪ੍ਰੇਮ ਨਾ ਜਾਣਨੀ ਭੁੱਲੀ ਫਿਰੇ ਗਵਾਰ ਹੁਣ ਅਸੀਂ ਸੰਗਤ ਕਰਕੇ ਉਹ ਪ੍ਰੇਮ ਦਾ ਰਸਤਾ ਅਖਤਿਆਰ ਕਰਨਾ ਹੈ ਜੋ ਗੁਰੂ ਸਾਹਿਬ ਸਾਨੂੰ ਸਮਝਾ ਰਹੇ ਆ ਜੋ ਧਰਮ ਦਾ ਰਸਤਾ ਹੈ ਹੁਣ ਅਸੀਂ ਸੰਸਾਰ ਵਿੱਚ ਵਿਚਰਦਿਆਂ ਇੱਕ ਕਰਮ ਨਾਲ ਜੁੜ ਗਏ ਅਤੇ ਧਰਮ ਦੇ ਰਸਤੇ ਨੂੰ ਅਸੀਂ ਛੱਡ ਦਿੱਤਾ ਅਤੇ ਗੁਰੂ ਸਾਹਿਬ ਕਹਿੰਦੇ ਤੁਸੀਂ ਖੇਲ ਜਿੱਤੋਗੇ ਜਦੋਂ ਕਰਮ ਦੇ ਨਾਲ ਧਰਮ ਦ੍ਰਿੜ ਕਰੋਗੇ ਮਹਾਰਾਜ ਫਰਮਾਉਂਦੇ ਨੇ ਕਰਮ ਧਰਮ ਤੁਮ ਚੌਪੜ ਸਾਜੋ ਸੱਤ ਕਰੋ ਤੁਮਕਾਰੀ ਕਾਮ ਕ੍ਰੋਧ ਲੋਭ ਮੋਹ ਜੀਤੋ ਐਸੀ ਖੇਲ ਹਰ ਪਿਆਰੀ ਕਿ ਜਦੋਂ ਤੁਸੀਂ ਕਰਮ ਦੇ ਨਾਲ ਇਸ ਤਨ ਨੂੰ ਪਾਲਦਿਆਂ ਹੋਇਆਂ ਧਰਮ ਨੂੰ ਦ੍ਰਿੜ ਕੀਤਾ ਅਤੇ ਸਿਮਰਨ ਕੀਤਾ ਮਹਾਰਾਜ ਕਹਿੰਦੇ ਫਿਰ ਤੁਸੀਂ ਇਸ ਲਿਵ ਦੇ ਰਸਤੇ 'ਤੇ ਚੱਲਦਿਆਂ ਹੋਇਆਂ ਨਾਲ ਸਿਮਰਨ ਅਭਿਆਸ ਕਰਦਿਆਂ ਹੋਇਆਂ ਇਹ ਵਿਚਾਰਾਂ ਤੋਂ ਰਹਿਤ ਹੋ ਕੇ ਆਪਣੇ ਘਰ ਨਿੱਜ ਘਰ ਦਸਵੇਂ ਦੁਆਰ ਵਿੱਚ ਪਹੁੰਚਾਂਗੇ ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਕਿ ਜਦੋਂ ਅਸੀਂ ਕਰਮ ਕਰਨਾ ਹੈ ਨਾਲ ਧਰਮ ਨੂੰ ਵੀ ਦ੍ਰਿੜ ਕਰਨਾ ਹੈ ਮਹਾਰਾਜ ਫਰਮਾਉਂਦੇ ਨੇ ਧਰਮ ਦ੍ਰਿੜੋ ਹਰਿ ਨਾਮ ਧਿਆਵੋ ਕਿ ਨਾਲ ਨਾਲ ਸਿਮਰਨ ਜੋ ਸਾਨੂੰ ਜੁਗਤੀਆਂ ਗੁਰਬਾਣੀ 'ਚ ਵਿਧੀ ਦੱਸੀ ਹੈ ਕਿਸ ਤਰ੍ਹਾਂ ਆਪਣੀ ਆਵਾਜ਼ ਨੂੰ ਸੁਣਨਾ ਸੁਣਦਿਆਂ ਸੁਣਦਿਆਂ ਕਿਵੇਂ ਵਿਚਾਰਾਂ ਤੋਂ ਰਹਿਤ ਹੋਣਾ ਹੈ ਗੁਰੂ ਸਾਹਿਬ ਫਰਮਾਉਂਦੇ ਨੇ ਧੁਨ ਮੈਂ ਧਿਆਨ ਧਿਆਨ ਮੈਂ ਜਾਣਿਆ ਗੁਰਮੁਖ ਅਕਥ ਕਹਾਣੀ ਜਦੋਂ ਅਸੀਂ ਆਪਣੀ ਆਵਾਜ਼ ਨੂੰ ਸੁਣਾਂਗੇ ਸਾਡੀ ਇਹ ਆਵਾਜ਼ ਸਾਨੂੰ ਧਿਆਨ ਦੀ ਅਵਸਥਾ 'ਚ ਲੈ ਜਾਏਗੀ ਜਿੱਥੇ ਜਾ ਕੇ ਸਾਨੂੰ ਅਕਥ ਕਹਾਣੀ ਦਾ ਭੇਦ ਲੱਗੇਗਾ ਆਓ ਗੁਰਮੁਖ ਪਿਆਰਿਓ ਜੋ ਗੁਰੂ ਸਾਹਿਬ ਸਾਨੂੰ ਦੱਸਦੇ ਆ ਇਸ ਤਰੀਕੇ ਨਾਲ ਅਸੀਂ ਬੈਠ ਕੇ ਸਿਮਰਨ ਕਰਨਾ ਫਿਰ ਸੰਸਾਰ ਵਿੱਚ ਵਿਚਰਦਿਆਂ ਹੋਇਆਂ ਕਰਮ ਕਰਦਿਆਂ ਹੋਇਆਂ ਗੁਰੂ ਸਾਹਿਬ ਸਮਝਾਉਂਦੇ ਆ ਉਠਤ ਬੈਠਤ ਹਰ ਹਰ ਧਿਆਈਏ ਅਣ ਦਿਨ ਸੋ ਕਿਰਤ ਕਰੀਏ ਕਿ ਉੱਠਦਿਆਂ ਬਹਿੰਦਿਆਂ ਜੋ ਵੀ ਦਿਨ ਰਾਤ ਅਸੀਂ ਕਿਰਤ ਕਰਦੇ ਹਾਂ ਨਾਲ ਸਿਮਰਨ ਕਰਨਾ ਹੈ ਆਓ ਆਪਾਂ ਸਿਮਰਨ ਕਰੀਏ ਜੋ ਗੁਰੂ ਸਾਹਿਬ ਸਾਨੂੰ ਵਿਧੀ ਦੱਸ ਰਿਹਾ ਮੁੱਖ ਦੁਆਰਾ ਵਾਹਿਗੁਰੂ ਗੁਰਮੰਤਰ ਬੋਲਣਾ ਅਤੇ ਕੰਨਾਂ ਦੁਆਰਾ ਸੁਣਨਾ ਹੈ ਜੀ ਆਓ ਜੀ ਸਾਰੇ ਸ਼ੁਰੂ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਭੈਣ ਜੀ ਸੁਣਾਓ ਬਹੁਤ ਖੁਸ਼ ਨਜ਼ਰ ਆ ਰਿਹਾ ਕੀ ਗੱਲ ਗੁਰਸਿੱਖ ਲਈ ਖੁਸ਼ੀ ਵਾਲੀ ਗੱਲ ਹੋਏ ਹੁੰਦੀ ਵੀਰ ਜੀ ਜਦੋਂ ਦੂਸਰਾ ਗੁਰਸਿੱਖ ਨਾਮ ਜਪਣ ਦੀ ਗੱਲ ਕਰਦਾ ਆ ਗੁਰੂ ਵਾਲਾ ਬਣਨ ਦੀ ਗੱਲ ਕਰਦਾ ਆ ਮੈਂ ਗੱਲ ਕਰ ਰਹੀ ਹਾਂ ਭਾਈ ਸੁੱਚਾ ਸਿੰਘ ਜੀ ਦੀ ਤੇ ਮਾਤਾ ਨਿਰਮਲ ਕੌਰ ਜੀ ਦੀ ਜਿਹੜੇ ਥੋੜੇ ਦਿਨ ਪਹਿਲਾਂ ਹੀ ਆਪਣੇ ਕੋਲ ਪਹੁੰਚੇ ਇੱਥੇ ਹਾਂਜੀ ਹਾਂਜੀ ਬੜੀ ਕਿਰਪਾ ਕੀਤੀ ਮਾਲਕ ਨੇ ਉਹਨਾਂ ਤੇ ਹੁਣ ਜਦੋਂ ਵੀ ਮਿਲਦੇ ਬੜੀ ਚੜ੍ਹਦੀ ਕਲਾ ਵਿੱਚ ਮਿਲਦੇ ਹਾਂਜੀ ਤੇ ਕਹਿੰਦੇ ਸੀ ਕਿ ਹੁਣ ਉਹਨਾਂ ਨੂੰ ਘਰ ਦੀ ਯਾਦ ਨਹੀਂ ਆਉਂਦੀ
ਉਹ ਸੁੱਖ ਨੂੰ ਆਸਤੇ ਜੀ ਅਸੀਂ ਆ ਗਏ ਕਹਿੰਦੇ। ਹਾਂਜੀ ਹਾਂਜੀ, ਜਿੰਨਾ ਚਿਰ ਮਨ ਅਗਿਆਨਤਾ ਵਿੱਚ ਹੁੰਦਾ ਹੈ ਤੇ ਤ੍ਰੈਗੁਣਾ ਦੇ ਵਿੱਚ ਹੁੰਦਾ ਹੈ, ਉਹਨਾਂ ਚਿਰ ਇਹ ਦੁਨਿਆਵੀ ਖੇਡ ਨੂੰ ਦੁੱਖ ਸੁੱਖ ਕਰਕੇ ਜਾਂਦਾ ਹੈ ਤੇ ਜਦੋਂ ਅਕਾਲ ਪੁਰਖ ਕਿਰਪਾ ਕਰ ਦਿੰਦਾ ਹੈ ਦੁੱਖ ਤੇ ਸੁੱਖ ਨੂੰ ਬਰਾਬਰ ਲੱਗਣ ਲੱਗ ਜਾਂਦੇ। ਮਹਾਰਾਜ ਵੀ ਗੁਰਬਾਣੀ ਵਿੱਚ ਸਾਨੂੰ ਇਹੀ ਸੋਚ ਹੀ ਬਖਸ਼ਿਸ਼ ਕਰਦੇ ਨੇ, ਸੁੱਖ ਦੁੱਖ ਦੋਨੋਂ ਸਮ ਕਰ ਜਾਣਾ ਹੈ ਔਰ ਮਾਨ ਮਾਨ ਅਰਖ ਸੁੱਖ ਤੇ ਰਹੇ ਦੀਤਾ ਤਿੰਨ ਜਗਤਾਂ ਤੋਂ ਪਛਾਣ। ਹਾਂਜੀ, ਉਹ ਗੁਰਮੁਖ ਵੀ ਹੁਣ ਦੁਨਿਆਵੀ ਸੁੱਖ ਦੁੱਖ ਦੀ ਖੇਡ ਸਮਝਣ ਲੱਗ ਗਏ ਆ, ਉਹਨਾਂ ਨੂੰ ਅਸਲੀ ਸੁੱਖ ਦੁੱਖ ਦਾ ਭੇਜੂ ਆ ਗਿਆ ਹੈ ਤੇ ਗੁਰਬਾਣੀ ਗੁਰੂ ਵੀ ਫਰਮਾਉਂਦੇ ਆ ਸੁੱਖ ਦੁੱਖ ਦੇ ਕੱਪੜੇ ਪਹਿਰੇ ਜਾਏ ਮਨੁੱਖ। ਤੇ ਉਹ ਪੁੱਛਦੇ ਸੀ ਤੁਸੀਂ ਕਿੱਥੇ ਸੰਗਤ ਕਰਦੇ ਆ, ਕਿੱਥੋਂ ਸਿੱਖੀ ਤੁਸੀਂ ਇਹ ਜੀਵਨ ਦੀ ਜਾਂਚ? ਦੱਸ ਦੇਣਾ ਸੀ ਤੁਸੀਂ ਉਹਨਾਂ ਨੂੰ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸ਼ਰਨ ਵਿੱਚ ਜਾ ਕੇ ਸਿੱਖਿਆ ਸਭ ਕੁਛ, ਉਹ ਹੀ ਸਾਰਿਆਂ ਨੂੰ ਸੋਚੀ ਬਖਸ਼ਿਸ਼ ਕਰਦੇ ਨੇ ਤੇ ਉਹਨਾਂ ਤੋਂ ਵੱਡਾ ਹੋਰ ਕੋਈ ਮਾਰਗਦਰਸ਼ਕ ਹੋ ਹੀ ਨਹੀਂ ਸਕਦਾ ਇੱਕ ਸਿੱਖ ਵਾਸਤੇ। ਹਾਂਜੀ, ਦੱਸਿਆ ਸੀ ਮੈਂ ਉਹਨਾਂ ਨੂੰ ਤੇ ਉਹ ਕਹਿੰਦੇ ਸੀ ਕਿਸੇ ਖਾਸ ਦਿਨ ਸਾਨੂੰ ਵੀ ਲੈ ਚੱਲੋ ਉੱਥੇ। ਖਾਸ ਦਿਨ ਕਿਹੜੇ ਭੈਣ ਜੀ, ਆਪਾਂ ਅੱਜ ਹੀ ਲੈ ਚੱਲਦੇ ਉਹਨਾਂ ਨੂੰ। ਨਾਲੇ ਗੁਰਸਿੱਖ ਦੇ ਜੀਵਨ ਵਿੱਚ ਖਾਸ ਦਿਨ ਉਹੀ ਹੁੰਦਾ ਹੈ ਜਦੋਂ ਉਹਦੇ ਮਨ ਵਿੱਚ ਪ੍ਰਭ ਨੂੰ ਮਿਲਦਾ ਚਾਹ ਪੈਦਾ ਹੋ ਜਾਂਦਾ ਹੈ। ਫਿਰ ਆਪਾਂ ਅੱਜ ਹੀ ਲੈ ਚੱਲੀਏ ਉਹਨਾਂ ਨੂੰ ਗੁਰਦੁਆਰਾ ਪ੍ਰਭ ਮਿਲੇਗਾ ਚੱਲ। ਹਾਂਜੀ, ਨਾਲੇ ਆਪਾਂ ਸੰਗਤ ਕਰਾਵਾਂਗੇ, ਨਾਲੇ ਆ ਗਲੀਚੇ ਆਏ ਆ ਦੀਵਾਨ ਵਾਲ ਵਾਸਤੇ, ਇਹ ਆਪਾਂ ਸੇਵਾ ਕਰਾਵਾਂਗੇ। ਸਤ ਵਚਨ ਵੀਰ ਜੀ, ਮੈਂ ਗੁਰਮੁਖਾਂ ਨੂੰ ਕਹਿੰਦੀ ਹਾਂ ਤੁਸੀਂ ਤਿਆਰੀ ਕਰੋ ਗਲੀਚੇ ਲਿਜਾਣ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਲਕ ਮੇਤ ਨਾ ਰਹੇ ਓ ਕੋਈ, ਸਾਲਕ ਮੇਤ ਨਾ ਰਹੇ ਓ ਕੋਈ, ਨਾਨਕ ਦੁਨੀਆ ਕੈਸੀ ਹੋਈ, ਨਾਨਕ ਦੁਨੀਆ ਕੈਸੀ ਹੋਈ। ਆਪਾਂ ਵੀ ਗੁਰਦੁਆਰਾ ਸਾਹਿਬ ਚੱਲੀਏ, ਉੱਥੇ ਜਾ ਕੇ ਅਰਦਾਸ ਕਰੀਏ, ਹੋ ਸਕਦਾ ਰੱਬ ਆਪਣੀ ਸੁਣ ਲੇ। ਆਪਣੇ ਪਿੰਡ ਕਿਹੜਾ ਕੁਛ ਹੋਇਆ ਏ ਜਿਹੜਾ ਅਰਦਾਸ ਕਰਦੇ ਫਿਰੀਏ? ਇਹ ਤਾਂ ਕਿਤੇ ਵੀ ਹੋ ਸਕਦਾ, ਕੁਦਰਤ ਅੱਗੇ ਜ਼ੋਰ ਆ ਕਿਸੇ ਦਾ, ਅੱਜ ਕਿਤੇ ਹੋਰ ਆਇਆ ਕੱਲ ਸਾਡੇ ਵੀ ਹੋ ਜਾਓ। ਨਾਲੇ ਆਪਾਂ ਬੇਬੇ ਨੂੰ ਲੈ ਆਈਏ ਘਰੇ, ਕਹਿੰਦੇ ਆ ਬਜ਼ੁਰਗਾਂ ਦੇ ਸੀਸਾਂ ਵਿੱਚ ਬੜੀ ਸ਼ਕਤੀ ਹੁੰਦੀ ਆ। ਗੱਲ ਤਾਂ ਤੇਰੀ ਠੀਕ ਹੈ, ਫਿਰ ਆਪਾਂ ਇਕੱਠੇ ਬੈ ਕੇ ਅਰਦਾਸ ਕਰਿਆ ਕਰਾਂਗੇ।
ਜੀ ਤੂੰ ਬਚਾਈ ਮੇਰੇ ਰੱਬਾ ਤੁਸੀਂ ਡਰ ਗਏ ਡੈਡ ਡਰ ਤਾਂ ਲੱਗਦਾ ਹੀ ਆ ਬੇਟਾ ਜਦ ਮੈਂ ਛੋਟਾ ਹੁੰਦਾ ਡਰਦਾ ਸੀ ਨਾ ਡੈਡ ਤਾਂ ਗ੍ਰੈਂਡਪਾ ਮੈਨੂੰ ਪਾਠ ਸੁਣਾਉਂਦੇ ਸੀ ਤੇ ਨਾਲ ਜਾਪ ਵੀ ਕਰਾਉਂਦੇ ਸੀ ਫਿਰ ਮੈਨੂੰ ਡਰ ਨਹੀਂ ਸੀ ਲੱਗਦਾ ਤੇ ਆਪਾਂ ਨੂੰ ਵੀ ਕਰਨਾ ਚਾਹੀਦਾ ਤੈਨੂੰ ਆਉਂਦਾ ਨਹੀਂ ਗ੍ਰੈਂਡਪਾ ਨੂੰ ਆਉਂਦਾ ਡੈਡ ਆਪਾਂ ਗ੍ਰੈਂਡਪਾ ਤੇ ਬੇਬੇ ਨੂੰ ਘਰ ਲੈ ਆਈਏ ਫਿਰ ਇਕੱਠੇ ਬੈਠ ਕੇ ਪਾਠ ਤੇ ਸਿਮਰਨ ਕਰਿਆ ਕਰੀਏ ਬੋਲੋ ਸਨੀ ਠੀਕ ਹੀ ਆਦਾ ਕਮਲਜੀਤ ਆਪਾਂ ਨੂੰ ਲੈ ਆਉਣਾ ਚਾਹੀਦਾ ਬੇਬੇ ਬਾਪੂ ਜੀ ਨੂੰ ਮਹਾਰਾਜ ਸੁਖ ਦੇਵੇ ਪੁੱਤ ਰਾਜੀ ਦਾ ਪੁੱਤ ਮਹਾਰਾਜ ਸੁਖ ਦੇਵੇ ਬਾਈ ਹਾਂ ਬਾਪੂ ਜੀ ਬੈਠੋ ਬੈਠੋ ਇੱਥੇ ਬੈਠੋ ਜਿੱਥੇ ਬੈਠੋ ਪਾਣੀ ਲਿਆਓ ਬਾਪੂ ਜੀ ਬੇਬੇ ਹੀ ਪਾਣੀ ਪੀ ਲਓ ਸਤਵੀਰ ਸਿਆ ਸਾਨੂੰ ਉੱਥੋਂ ਨੇ ਇਹ ਹੀ ਸਮਝਾਇਆ ਹੈ ਜਦੋਂ ਪੌਣ ਦਾ ਸੰਤੁਲਨ ਵਿਗੜ ਜਾਂਦਾ ਹੈ ਜੀਵ ਦੇ ਅੰਦਰ ਵੀ ਪਰਲੋ ਆ ਜਾਂਦੀ ਹੈ ਬਾਹਰ ਵੀ ਪਰਲੋ ਆ ਜਾਂਦੀ ਹੈ ਇਹਦਾ ਇੱਕੋ ਇੱਕ ਹੀ ਹੱਲ ਹੈ ਸਿਮਰਨ ਕਰੋ ਠੀਕ ਹੈ ਬਾਪੂ ਜੀ ਆਪਾਂ ਨੂੰ ਗੁਰਬਾਣੀ ਵੀ ਇਹ ਦੱਸਦੀ ਹੈ ਸਿਮਰੋ ਸਿਮਰ ਸਿਮਰ ਸੁਖ ਪਾਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੈਠੋ ਬੇਟਾ ਆਪਾਂ ਸਾਰਿਆਂ ਮਿਲ ਕੇ ਹੁਣ ਸਿਮਰਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰੋ ਜੀ ਸ਼ੁਰੂ ਰਲ ਕੇ ਸਿਮਰਨ ਵਾਹਿਗੁਰੂ ਵਾਹਿਗੁਰੂ ਸਿਮਰ ਸੁਖ ਪਾਵ ਕਲ ਕਲੇਸ ਤਨ ਮਾਹਿ ਸਿਮਰ ਸੁਖ ਪਾਵੋ